ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਸ ਧਰਤੀ 'ਤੇ ਅੱਜ ਨਤਮਸਤਕ ਹੋਣ ਆਏ ਹਾਂ ਜਿਸ ਧਰਤੀ ਦੀ ਖਾਕ ਚੋਜੀ ਪ੍ਰੀਤਮ
ਸਰਬੰਸ਼ ਦਾਨੀ ਮਰਦ ਅਗੰਬੜਾ ਆਪੇ ਗੁਰਚੇਲਾ ਖੜਕ ਧਾਰੀ ਕਲਮ ਧਾਰੀ ਬੇਕਸਾਰਾ ਯਾਰ ਬਾਦਸ਼ਾਹ ਦਰਵੇਸ਼ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਦੇ ਪੁੱਤਾਂ ਔਰ ਗੁਰਸਿੱਖਾਂ ਦੇ ਖੂਨ ਦੇ ਨਾਲ ਭਿੱਜੀ ਹੋਈ ਹੈ। ਉਸ ਜ਼ਮੀਨ ਨੂੰ ਉਸ ਅਸਥਾਨ ਨੂੰ ਆਪਾਂ ਅੱਜ ਨਤਮਸਤਕ ਹੋ ਰਹੇ ਹਾਂ। ਅਤਿ ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ, ਉਹਨਾਂ ਨੇ ਸਤਿਗੁਰੂ ਦੇ ਅੰਮ੍ਰਿਤ ਬਚਨ ਗੁਰਬਾਣੀ ਕੀਰਤਨ ਰਾਹੀਂ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਿਫਤ ਵਿੱਚ ਆਪਣੇ ਮਾਨਸਿਕ ਵਲਵਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਾਵਕ ਰੂਪ ਦੇ ਵਿੱਚ ਸਮਰਪਿਤ ਕੀਤੇ ਨੇ। ਆਓ ਸਾਧ ਸੰਗਤ, ਆਪ ਇਕਾਗਰਤਾ ਦੀ ਦਾਤ ਬਖਸ਼ਿਓ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮਹਾਨ ਸ਼ਹੀਦ ਗੁਰਸਿੱਖ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਆਪ ਵਿੱਚ ਵਰਤ ਕੇ ਤਰਸ ਕਰਕੇ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਭਾਈ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬੋਲ ਸਾਨੂੰ ਕੀਰਤਨ ਦੇ ਵਿੱਚ ਸਰਵਣ ਕਰਾਏ। ਜਿਨ੍ਹਾਂ ਪਵਿੱਤਰ ਅੰਮ੍ਰਿਤ ਬਚਨਾਂ ਦਾ ਜ਼ਿਕਰ ਸਨਮਾਨਯੋਗ ਗਿਆਨੀ ਜੀ ਕਰ ਰਹੇ ਸਨ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾਂ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਅੰਮ੍ਰਿਤ ਬੋਲ ਭਗਤ ਕਬੀਰ ਸਾਹਿਬ ਜੀ ਦੇ ਨੇ, ਪਰ ਇਹਨਾਂ ਅੰਮ੍ਰਿਤ ਬੋਲਾਂ ਨੂੰ, ਇਹਨਾਂ ਤੁਕਾਂ ਦੇ ਜਦੋਂ ਆਪਾਂ ਅਰਥ ਕਰਨੇ ਖਾਂ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਕੱਲੇ ਕੇਵਲ ਸਰੀਰਕ ਬਾਹੂਬਲ ਨੂੰ ਉਤਨੀ ਥਾਂ ਨਹੀਂ ਦਿੰਦੀ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਧਿਆਤਮਕ ਜੀਵਨ ਨੂੰ ਥਾਂ ਦਿੰਦੀ ਹੈ। ਇੱਥੇ ਲੜਨ ਵਾਲੇ ਲੱਖਾਂ ਦੇ ਕਰੀਬ ਆਏ ਚਾਲੀਆਂ ਨੂੰ ਖਤਮ ਕਰਨ ਦੇ ਲਈ, ਪਰ ਯਾਦ ਰੱਖਿਓ ਉਹਨਾਂ ਲੱਖਾਂ ਦਾ ਜ਼ਿਕਰ ਨਹੀਂ ਹੁੰਦਾ ਪਿਆ, ਚਾਲੀਆਂ ਦਾ ਜ਼ਿਕਰ ਹੋ ਰਿਹਾ, ਸਾਹਿਬਜ਼ਾਦਿਆਂ ਦਾ ਜ਼ਿਕਰ ਹੋ ਰਿਹਾ, ਕਿਉਂਕਿ ਇਹ ਉਹਨਾਂ ਦਾ ਖੂਨ ਡੁੱਲਿਆ ਹੈ ਚਾਲੀਆਂ ਦਾ, ਜਿਨ੍ਹਾਂ ਦੇ ਖੂਨ ਦੇ ਕਤਰੇ ਵਿੱਚ ਗੁਰੂ ਸਾਹਿਬ ਦੇ ਸ਼ਬਦ ਦੀ ਬਖਸ਼ਿਸ਼ ਸੀ। ਇਸ ਨੁਕਤੇ ਨੂੰ ਲੈ ਕੇ ਚੱਲਿਓ, ਇਕੱਲਾ ਸਰੀਰਕ ਜੰਗ ਨਹੀਂ, ਇੱਕ ਪਾਸੇ ਸੱਚ ਤੇ ਪ੍ਰੇਮ ਦੇ ਪੁਤਲੇ ਸਨ, ਦੂਜੇ ਪਾਸੇ ਤਨਖਾਹਦਾਰ ਤੇ ਈਰਖਾ ਕਰਨ ਵਾਲੇ ਲੋਕ ਸਨ। ਸੱਚ ਤੇ ਪ੍ਰੇਮ ਦੇ ਪੁਤਲੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਔਰ ਹਜ਼ੂਰ ਦੇ ਸਾਹਿਬਜ਼ਾਦੇ। ਉਹਨਾਂ ਗੁਰਸਿੱਖਾਂ ਦਾ ਅੰਦਰ ਦੇਖੋ, ਮੈਂ ਸ਼ੁਰੂਆਤ ਇੱਥੇ ਕਰਨੀ ਚਾਹੁੰਦਾ ਜੋ ਭਾਈ ਸਾਹਿਬ ਨੇ ਗਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਗੱਲ ਕਰਦਿਆਂ, ਇਤਿਹਾਸ ਦੀ ਗੱਲ ਕਰਦਿਆਂ, ਤਵਾਰੀਖ ਦੀ ਗੱਲ ਕਰਦਿਆਂ, ਗੱਲ ਉਦੋਂ ਫਿੱਕੀ ਪੈ ਜਾਏਗੀ ਜਦੋਂ ਆਪਾਂ ਗੁਰੂ ਸਾਹਿਬ ਜੀ ਦੀ ਅਧਿਆਤਮਿਕਤਾ ਨੂੰ, ਰੁਖਾਨੀਅਤ ਨੂੰ ਅੰਦਰੋਂ ਮਨਫੀ ਕਰ ਦਿਆਂਗੇ। ਉਦੋਂ ਕੇਵਲ ਸਰੀਰਾਂ ਦਾ ਯੁੱਧ ਰਹਿ ਜਾਏਗਾ,
ਜਦੋਂ ਸ਼ਬਦ ਦਾ ਪ੍ਰਕਾਸ਼ ਨਾਲ ਲੈ ਕੇ ਚੱਲਾਂਗੇ ਉਦੋਂ ਡੁੱਲਿਆ ਹੋਇਆ ਖੂਨ ਰਹਿੰਦੀ ਦੁਨੀਆਂ ਤੱਕ ਲੋਕਾਂ ਦਾ ਚਾਨਣ ਮੁਨਾਰਾ ਬਣਿਆ ਰਹੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਅੰਮ੍ਰਿਤ ਬਚਨ ਕਿ ਗਗਨ ਤਮਾਮਾ ਬਾਜਿਓ, ਆਪ ਜੀ ਦੇ ਸਨਮੁਖ ਪਿਛਲੇ ਕਈ ਸਾਲਾਂ ਤੋਂ ਇੱਥੇ ਅਰਜ਼ ਕਰ ਰਿਹਾ। ਇੱਕ ਬੇਨਤੀ ਦਾਸ ਨੇ ਕੀਤੀ ਸੀ ਕਿ ਗੁਰੂ ਘਰ ਸ਼ਹਾਦਤ ਤੇ ਇਬਾਦਤ ਦਾ ਸੁਮੇਲ ਹੈ। ਫਿਰ ਸ਼ਬਦ ਸੁਣਿਓ, ਗੁਰੂ ਘਰ ਇਬਾਦਤ ਤੇ ਸ਼ਹਾਦਤ ਦਾ ਸੁਮੇਲ ਹੈ, ਗੁਰੂ ਘਰ ਗੁਰਬਾਣੀ ਦਾ ਤੇ ਕੁਰਬਾਨੀ ਦਾ ਸੁਮੇਲ ਹੈ। ਗੁਰੂ ਘਰ ਅੰਦਰ ਇਬਾਦਤ ਬੁਨਿਆਦ ਹੈ, ਇਬਾਦਤ ਇਹਦੀਆਂ ਨੀਆਂ ਹੈ ਤੇ ਸ਼ਹਾਦਤ ਇਹਦਾ ਗੁੰਬਦ ਹੈ। ਮੈਂ ਇੱਕ ਇਮਾਰਤ ਨਾਲ ਤੁਲਨਾ ਦੇ ਕੇ ਬੇਨਤੀ ਕਰਨ ਲੱਗਾ। ਗੁਰੂ ਘਰ ਵਿੱਚ ਇਬਾਦਤ ਬੰਦਗੀ ਸਿਮਰਨ ਨਾਮ ਸੱਚ ਇਹ ਬੁਨਿਆਦ ਹੈ ਸਿੱਖੀ ਦੀ, ਤੇ ਸ਼ਹਾਦਤ ਇਹਦਾ ਕਲਸ਼ ਹੈ, ਇਹਦਾ ਗੁੰਬਦ ਹੈ। ਗੁਰਬਾਣੀ ਗੁਰੂ ਘਰ ਦੇ ਅੰਦਰ ਨੀਆਂ ਹੈ ਤੇ ਕੁਰਬਾਨੀ ਸ਼ਹਾਦਤ ਗੁਰੂ ਘਰ ਦੇ ਅੰਦਰ ਸਾਹਮਣੇ ਦੂਰ ਚੱਲਦੇ ਹੋਏ ਨਿਸ਼ਾਨ ਸਾਹਿਬ ਦੀ ਤਰ੍ਹਾਂ। ਬੁਨਿਆਦ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਭਾਈ ਸਾਹਿਬ ਇਹ ਸ਼ਬਦ ਗਾਇਨ ਕਰ ਰਹੇ ਸਨ, ਦਾਸ ਦੇ ਮਨ 'ਚ ਆਇਆ ਕਿ ਭਗਤ ਕਬੀਰ ਸਾਹਿਬ ਇਸ ਵਿੱਚ ਉਸ ਸੂਰਮੇ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਆਪਣੀਆਂ ਮਾਨਸਿਕ ਵਾਸ਼ਨਾਵਾਂ 'ਤੇ ਵੀ ਕਾਬੂ ਪਾਈ ਬੈਠਾ, ਅਤੇ ਉਸ ਸੂਰਮੇ ਦਾ ਜ਼ਿਕਰ ਵੀ ਕਰਦੇ ਪਏ ਨੇ ਜਿਹੜਾ ਆਪਣੇ ਅੰਦਰ ਦੇ ਸਾਰੇ ਵਾਸ਼ਨਾ ਵਾਲੇ ਫੁਰਨਿਆਂ ਨੂੰ ਜਿੱਤ ਕੇ, ਮਨ ਨੂੰ ਜਿੱਤ ਕੇ, ਜਿਹੜਾ ਰਣ ਤੱਤੇ ਦੇ ਵਿੱਚ ਮਜ਼ਲੂਮ ਦੀ ਖਾਤਰ, ਧਰਮ ਦੀ ਖਾਤਰ, ਦੀਨ ਦੀ ਖਾਤਰ ਪੁਰਜਾ ਪੁਰਜਾ ਕੱਟ ਮਰਦਾ, ਉਹਦਾ ਮਰਨਾ ਹੋਇਆ ਪਰਮਾਤਮਾ ਦੇ ਘਰ ਵੀ ਸਫਲ ਸਮਝਿਆ ਜਾਂਦਾ। ਹੁਣ ਸ਼ਬਦ ਸੀ ਗਗਨ ਦਮਾਮਾ ਬਾਜਿਓ, ਇਹਦੇ ਅਰਥ ਦਾਸ ਨੇ ਇੱਕ ਵਾਰ ਪਹਿਲਾਂ ਕੀਤੇ ਨੇ ਮੈਨੂੰ, ਕਿਉਂਕਿ ਉਹ ਸ਼ਬਦ ਰਿਪੀਟ ਹੋ ਰਿਹਾ ਅੱਜ। ਪਰ ਗੁਰਬਾਣੀ ਸਦੀਵ ਸੱਚ ਹੈ। ਗਗਨ ਦਾ ਅਰਥ ਅਸੀਂ ਆਕਾਸ਼ ਕਰਨੇ ਹਾਂ, ਗਗਨ ਦਾ ਅਰਥ ਅਸਮਾਨ ਹੈ, ਅਤੇ ਦਮਾਮੇ ਦਾ ਲਫ਼ਜ਼ੀ ਅਰਥ ਹੈ ਨਗਾਰਾ। ਆਕਾਸ਼ ਦੇ ਵਿੱਚ ਨਗਾਰਾ ਵੱਜਿਆ, ਆਕਾਸ਼ ਵਿੱਚ ਬੱਦਲ ਗੱਜਦੇ ਆ, ਨਗਾਰੇ ਤਾਂ ਧਰਤੀ ਦੇ ਉੱਤੇ ਵੱਜਦੇ ਹੁੰਦੇ ਆ, ਨਗਾਰੇ ਤਾਂ ਜ਼ਮੀਨ ਦੇ ਉੱਤੇ ਸੂਰਮੇ ਵਜਾਉਂਦੇ ਆ। ਇੱਥੇ ਕਬੀਰ ਸਾਹਿਬ ਕਹਿੰਦੇ ਨੇ ਗਗਨ ਵਿੱਚ ਨਗਾਰਾ ਵੱਜਿਆ, ਗਗਨ ਦੇ ਵਿੱਚ ਦਮਾਮਾ ਵੱਜਿਆ, ਅਤੇ ਹੁਣ ਵਕਤ ਆ ਗਿਆ ਹੈ ਇਸ ਨਗਾਰੇ ਦੀ ਚੋਟ ਨੂੰ ਸੁਣ ਕੇ ਸੂਰਮਿਆਂ ਦੇ ਮਨ ਦੇ ਵਿੱਚ, ਚਿੱਤ ਦੇ ਵਿੱਚ ਉਲਾਸ ਆਇਆ, ਖੇੜਾ ਆਇਆ, ਹੁਣ ਜੂਝਣ ਦਾ ਸਮਾਂ ਆ ਗਿਆ। ਅਤੇ ਸੂਰਮਾ ਹੋਵੇ ਜਿਹੜਾ ਪੁਰਜਾ ਪੁਰਜਾ ਕੱਟ ਮਰੇ ਪਰ ਕਦੀ ਮੈਦਾਨੇ ਦੰਗ ਨੂੰ ਨਾ ਚੱਲ ਜਾਏ। ਬੇਨਤੀ ਸੁਣਿਓ, ਹੁਣ ਉਹ ਗਗਨ ਕੀ ਹੈ, ਉਹ ਨਗਾਰਾ ਕੀ ਹੈ? ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਪ੍ਰਤੀਕ ਦੇ ਰੂਪ 'ਚ ਲਏ ਗਏ ਆ, ਬੜੇ ਸ਼ਬਦ ਨੇ। ਮੈਂ ਸਿਰਫ ਇੱਕ ਖਿੰਨ ਇਹਦੇ ਵਿੱਚੋਂ ਅਰਜ਼ ਕਰ ਦਿਆਂਗਾ। ਬਿੰਬ ਰੂਪ ਵਰਤੇ ਨੇ, ਪ੍ਰਤੀਕ ਵਰਤੇ ਨੇ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਸਰਵਰ ਹੰਸ ਧੁਰੇ ਕੀ ਮੇਲਾ, ਖਸਮੈ ਏਵੈ ਭਾਣਾ, ਸਰਵਰ ਅੰਦਰ ਖੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਹੁਣ ਸਰਵਰ ਸਿੱਧੇ ਲਫ਼ਜ਼ੀ ਅਰਥ ਨੇ ਜੀ ਸਰੋਵਰ, ਮਾਨ ਸਰੋਵਰ ਕੋਈ ਕਰ ਲੈ, ਅਤੇ ਹੰਸ ਦੇ ਅਰਥ ਅਸੀਂ ਜਾਣਦੇ ਹਾਂ ਪੰਛੀ। ਮਹਾਰਾਜ ਕਹਿੰਦੇ ਨੇ ਸਰੋਵਰ ਦਾ ਅਤੇ ਹੰਸ ਦਾ, ਮਾਨ ਸਰੋਵਰ ਦਾ ਅਤੇ ਹੰਸ ਦਾ ਆਪਸ ਵਿੱਚ ਗਹਿਰਾ ਰਿਸ਼ਤਾ ਹੈ, ਕਿਉਂਕਿ ਹੰਸ ਦੀ ਖੁਰਾਕ ਉੱਥੇ ਪਈ ਹੈ। ਹੁਣ ਇੱਥੇ ਜਦੋਂ ਇਸ ਪ੍ਰਤੀਕ ਨੂੰ, ਇਸ ਬਿੰਬ ਦੀ ਗਹਿਰਾਈ 'ਚ ਜਾਵਾਂਗੇ, ਇੱਥੇ ਸਰਵਰ ਦਾ ਅਰਥ ਬਣੇਗਾ ਸਤਿਗੁਰੂ ਅਤੇ ਸਤ ਸੰਗਤ, ਅਤੇ ਹੰਸ ਦਾ ਅਰਥ ਹੋਵੇਗਾ ਗੁਰਮੁਖ ਗੁਰਸਿੱਖ, ਜਿਹੜਾ ਆਪਣੀ ਸੁਰਤੀ ਦੇ ਜੀਵ ਨਾਲ ਗੁਰੂ ਦੇ ਸ਼ਬਦ ਦੇ ਮੋਤੀ ਨੂੰ ਚੁਣਦਾ। ਪ੍ਰਤੀਕ ਹੈ ਪਰ ਉਹਦੇ ਅਰਥ ਕੁਝ ਗਹਿਰੇ ਹੋਰ ਨੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਪਾਠ ਕਰਦੇ ਹਾਂ, ਇੱਕ ਬਚਨ ਪੜ੍ਹਦੇ ਹਾਂ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ। ਪਿੰਗਲਾ ਇੱਕ ਪ੍ਰਤੀਕ ਹੈ ਕਿ ਜਿਹਦੇ ਮਾਨਸਿਕ ਤੌਰ 'ਤੇ ਇੰਨਾ ਕਮਜ਼ੋਰ ਹੋ ਚੁੱਕਾ ਹੈ, ਉਹ ਕਿਸੇ ਵੀ ਕੰਮ ਨੂੰ ਕਰਨ ਲਈ ਉਹਦੇ ਅੰਦਰ ਸ਼ਕਤੀ ਨਹੀਂ, ਤਾਕਤ ਨਹੀਂ, ਪਰ ਗੁਰੂ ਕਿਰਪਾ ਕਰੇ ਤੇ ਪਿੰਗਲੇ ਹੋ ਚੁੱਕੇ ਮਨ ਨੂੰ ਵੀ ਪਹਾੜਾਂ ਦੇ ਸ਼ਿਖਰ 'ਤੇ ਪਹੁੰਚਾ ਦਿੰਦਾ। ਪਹਾੜ 'ਤੇ ਪਿੰਗਲਾ ਇੱਕ ਪ੍ਰਤੀਕ ਹੈ। ਪਰ ਯਾਦ ਰੱਖਿਓ,
ਇਸ ਪ੍ਰਤੀਕ ਨੂੰ ਕੇਵਲ ਰਮਜ਼ੀ ਅਰਥਾਂ 'ਚ ਨਾ ਲਈਏ। ਜਦੋਂ ਗੁਰੂ ਆਪਣੀ ਕਿਰਪਾ ਵਰਤਾਉਣ ਲੱਗਦਾ ਉਦੋਂ ਪ੍ਰਤੀਕ ਵੀ ਅਮਲੀ ਰੂਪ ਦੇ ਵਿੱਚ ਪਿੰਗਲੇ ਤੋਂ ਸਹੀ ਸਹੀ ਸਲਾਮਤ ਹੋ ਜਾਂਦਾ, ਉਦੋਂ ਸੱਚਮੁੱਚ ਕਮਲੇ ਤੋਂ ਸਿਆਣਾ ਹੋ ਜਾਂਦਾ, ਉਦੋਂ ਗੁੰਗੇ ਤੋਂ ਵਖਿਆਨ ਕਰਤਾ ਬਣ ਜਾਂਦਾ, ਉਦੋਂ ਵਾਸ਼ਨਾ ਨਾਲ ਭਰਿਆ ਹੋਇਆ ਅੰਦਰ ਸੱਚਮੁੱਚ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਂਦਾ। ਕੇਵਲ ਪ੍ਰਤੀਕ ਨਹੀਂ, ਉਹ ਪ੍ਰੈਕਟੀਕਲ ਤੌਰ 'ਤੇ ਵੀ ਵਾਪਰਦਾ, ਪਰ ਸਮਝਾਉਣ ਵਾਸਤੇ ਪ੍ਰਤੀਕ। ਗਗਨ ਦਾ ਅਰਥ ਹੈ ਆਕਾਸ਼, ਅਤੇ ਇੱਥੇ ਆਕਾਸ਼ ਦਾ ਅਰਥ ਤਕਰੀਬਨ ਸਾਰੇ ਟੀਕਾਕਾਰਾਂ ਨੇ ਕੀਤਾ ਹੈ ਦਸਮ ਦੁਆਰ। ਚਲੋ ਭਾਵੇਂ ਇਹਦੇ ਅਰਥਾਂ ਨਾਲ ਆਮ ਸਾਰੇ ਵਿਦਵਾਨ ਸਹਿਮਤ ਨਹੀਂ ਹੁੰਦੇ, ਪਰ ਚੇਤੇ ਰੱਖਿਓ ਸਾਰੇ ਵਿਦਵਾਨਾਂ ਦੀ ਸਹਿਮਤੀ ਕੋਈ ਆਖਰੀ ਸੱਚ ਨਹੀਂ, ਕਿਉਂਕਿ ਗੁਰਬਾਣੀ ਤਾਂ ਉਹ ਗੂੜ ਗਿਆਨ ਹੈ ਕਿ ਜਿਸ ਦਾ ਅੱਜ ਤੀਕਰਾਂ ਨਾ ਕੋਈ ਮੁਕੰਮਲ ਟੀਕਾ ਕਰ ਸਕਿਆ ਅਤੇ ਨਾ ਕੋਈ ਗੁਰੂ ਗ੍ਰੰਥ ਸਾਹਿਬ ਬਾਰੇ ਪੂਰਨ ਤੌਰ 'ਤੇ ਕਥਾ ਕਰ ਸਕਿਆ। ਮੈਂ ਹਉਮੈ ਸ਼ਬਦ ਨਹੀਂ ਕਹਿ ਰਿਹਾ, ਮੁਕੰਮਲ ਟੀਕੇ ਦਾ ਅਰਥ ਇਹ ਨਹੀਂ ਕਿ ਸਾਰਾ ਟੀਕਾ, ਆਖਰੀ ਅਰਥ ਹੋ ਗਿਆ, ਪਰ ਉਸ ਸ਼ਬਦ ਦੀ ਗਹਿਰਾਈ ਨੂੰ ਮੁਕੰਮਲ ਤੌਰ 'ਤੇ ਨਾ ਕੋਈ ਬਿਆਨ ਕਰ ਸਕਿਆ ਅਤੇ ਯਾਦ ਰੱਖਿਓ ਨਾ ਕੋਈ ਉਹਨੂੰ ਵਖਿਆਨ ਸਕਿਆ। ਜਿਸ ਥਾਂ 'ਤੇ ਗੁਰੂ ਸੁਰਤ ਦੀ ਉਡਾਰੀ ਮਾਰ ਕੇ ਇਹ ਸ਼ਬਦ ਕਹਿੰਦੇ ਨੇ ਕਿ ਮੈਂ ਬੋਲਾਂਗਾ ਅਤੇ ਹਜ਼ੂਰ ਕਹਿੰਦੇ ਨੇ ਦੰਦਾਂ ਨਾਲ ਲੋਹਿਆਂ ਚਬਾਉਣਾ ਮੁਸ਼ਕਲ ਹੈ, ਉੱਥੇ ਕਥਾਵਾਚਕ ਉਹਦੇ ਅਰਥ ਕੀ ਕਰ ਜੂਗਾ। ਜਿੱਥੇ ਗੁਰਦੇਵ ਕਹਿੰਦੇ ਨੇ ਨਾਨਕ ਕਥਨਾ ਕਰੜਾ ਸਾਰ, ਕਹਿੰਦੇ ਨੇ ਬਸ ਇਸ ਤੋਂ ਅੱਗੇ ਨਹੀਂ ਬੋਲਾਂਗਾ। ਸਤਿਗੁਰੂ ਕਿਉਂ ਨਹੀਂ ਬੋਲੋਗੇ, ਕਹਿਣ ਲੱਗੇ ਬਸ ਦੰਦਾਂ ਨਾਲ ਲੋਹਿਆਂ ਨਹੀਂ ਚਬਾਇਆ ਜਾਂਦਾ, ਇਸ ਨੂੰ ਮੈਂ ਕਿਵੇਂ ਕਥਨ ਕਰਾਂ, ਮੇਰੇ ਕੋਲ ਇੰਨੀ ਉੱਚੀ ਸੁਰਤ ਨਹੀਂ। ਪਰ ਸੂਝਵਾਨਾਂ ਨੇ ਜਿਹੜੇ ਅਰਥ ਕੀਤੇ ਉਹਨਾਂ ਗਗਨ ਦਾ ਅਰਥ ਕੀਤਾ ਹੈ ਦਸਮ ਦੁਆਰ। ਚਲੋ ਮੈਂ ਦਸਤਾਰ ਵੱਲ ਹੱਥ ਕੀਤਾ ਹੈ, ਦਿਮਾਗ ਦਾ ਅਰਥ ਦਸਮ ਦੁਆਰ ਨਹੀਂ ਕੇਵਲ। ਗੁਰੂ ਗ੍ਰੰਥ ਸਾਹਿਬ ਇਸ ਦਾ ਜ਼ਿਕਰ ਵਾਰ ਵਾਰ ਕਰਦੇ, ਤੁਰਿਆ ਅਵਸਥਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਕਰਦੇ, ਪਰਮ ਪਦ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਕਰਦੇ, ਚੌਥੇ ਪਦ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਕਰਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਕੋਈ ਬੰਦਾ ਰੂਹਾਨੀਅਤ ਦੇ ਸ਼ਬਦਾਂ ਦੇ ਥੱਲੇ ਪਖੰਡ ਕਰ ਰਿਹਾ ਅਸੀਂ ਰੂਹਾਨੀਅਤ ਦੀ ਅਵਸਥਾ ਤੋਂ ਇਨਕਾਰੀ ਹੋ ਜਾਈਏ। ਮੈਂ ਲਫ਼ਜ਼ ਫਿਰ ਦੁਹਰਾਵਾਂਗਾ, ਕੋਈ ਬੰਦਾ ਰੂਹਾਨੀਅਤ ਦੇ ਸ਼ਬਦਾਂ ਥੱਲੇ ਪ੍ਰਪੰਚ ਕਰ ਰਿਹਾ, ਪਰ ਇਹਦਾ ਮਤਲਬ ਇਹ ਨਹੀਂ ਕਿ ਰੂਹਾਨੀਅਤ ਦੇ ਸ਼ਬਦ ਨੂੰ ਮੰਨਣਾ ਬੰਦ ਕਰ ਦੇਈਏ। ਗੁਰੂ ਸਾਹਿਬ ਕਹਿੰਦੇ ਆ, ਭਗਤ ਸਾਹਿਬ ਕਹਿੰਦੇ ਆ ਕਿ ਦਸਮ ਦੁਆਰ ਵਿੱਚ ਇੱਕ ਨਗਾਰਾ ਵੱਜਿਆ, ਉਹ ਨਗਾਰਾ ਆਪ ਨਹੀਂ ਵਜਾਉਣਾ ਪਿਆ, ਉਹ ਸੁੱਤੇ ਸਿੱਧ ਵੱਜ ਪਿਆ। ਫਿਰ ਬੇਨਤੀ ਸੁਣਿਓ, ਨਗਾਰਾ ਬਾਰਮੁਖੀ ਚਿੰਨ੍ਹ ਹੈ, ਪਰ ਜਿਹੜਾ ਉਹ ਨਗਾਰਾ ਹੈ ਇਸ ਨਗਾਰੇ ਦੀ ਤਰ੍ਹਾਂ ਨਹੀਂ, ਕਿਉਂਕਿ ਇਸ ਨਗਾਰੇ 'ਚੋਂ ਜਿਹੜਾ ਬੋਲ ਨਿਕਲੇਗਾ ਉਹ ਆਹਤ ਹੈ, ਉਸ ਨਗਾਰੇ ਵਿੱਚੋਂ ਜਿਹੜਾ ਬੋਲ ਨਿਕਲੇਗਾ ਉਹ ਅਨਾਹਤ ਹੈ। ਗੁਰਮੁਖ ਅਭਿਆਸੀ ਸਿਮਰਨ ਵਾਲੇ ਮੇਰੀ ਇਸ ਬੇਨਤੀ ਨੂੰ ਸਮਝਣਗੇ, ਜਿਹੜਾ ਬਾਹਰ ਦਾ ਨਗਾਰਾ ਹੈ ਜਦੋਂ ਉਹ ਵੱਜੇਗਾ ਉਹ ਆਹਤ ਹੈ, ਕਿਉਂਕਿ ਵਜਾਉਣ ਵਾਲੇ ਦੇ ਹੱਥ ਵਿੱਚ ਸੋਟੀਆਂ ਨੇ, ਉਹ ਚੋਟ ਵਿੱਚੋਂ ਦੋ ਦੇ ਟਕਰਾਅ ਵਿੱਚੋਂ ਨਿਕਲੇਗਾ, ਪਰ ਜਿਹੜਾ ਦਸਮ ਦੇ ਦੁਆਰ ਵਿੱਚ ਨਗਾਰਾ ਵੱਜੇਗਾ ਉਹ ਟਕਰਾਅ ਵਿੱਚੋਂ ਨਹੀਂ, ਉਹ ਅਨਹਦ ਸ਼ਬਦ ਨਿਰੰਤਰ ਆਪਣੇ ਆਪ ਹੀ ਗੂੰਜਣ ਲੱਗ ਪੈਂਦਾ ਹੈ। ਕਿਉਂਕਿ ਦੋ ਤਰ੍ਹਾਂ ਦਾ ਸ਼ਬਦ ਹੈ, ਇੱਕ ਸ਼ਬਦ ਹੈ ਟਕਰਾਅ ਵਿੱਚੋਂ ਨਿਕਲਦਾ, ਇੱਕ ਸ਼ਬਦ ਦੇ ਬਿਨਾਂ ਟਕਰਾਅ ਵਿੱਚੋਂ ਨਿਕਲੇ, ਜਿਹਨੂੰ ਅਨਹਦ ਤੇ ਅਨਹਦ, ਅਨਹਦ ਤੇ ਅਨਹਦ ਸ਼ਬਦ ਗੁਰਦੇਵ ਨੇ ਵਰਤਿਆ। ਪਰ ਇਹ ਨਗਾਰਾ ਕੇਵਲ ਕੰਨਾਂ ਦੀ ਘੂੰਕੂ ਨਹੀਂ, ਇਹ ਕੇਵਲ ਬਿੰਡੇ ਦੀ ਆਵਾਜ਼ ਦੀ ਤਰ੍ਹਾਂ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਆਵਾਜ਼ ਸ਼ੁਰੂ ਹੀ ਉਦੋਂ ਹੁੰਦੀ ਹੈ ਜਦੋਂ ਬੰਦਾ ਆਪਣੇ ਨੌ ਦਰਵਾਜ਼ਿਆਂ 'ਤੇ ਮੁਕੰਮਲ ਤੌਰ 'ਤੇ ਕਾਬੂ ਪਾ ਲੈਂਦਾ, ਉਸ ਤੋਂ ਪਹਿਲਾਂ ਥੋੜ੍ਹਾ ਨਗਾਰਾ ਵੱਜਣਾ। ਕਿਉਂਕਿ ਜਿਹੜੇ ਇੱਥੇ ਸ਼ਹੀਦ ਹੋਏ ਨੇ, ਮੈਂ ਆਉਣਾ ਉਸ ਵੱਲ, ਇਹ ਨਾ ਸਮਝੋ ਕਿ ਮੈਂ ਗੁਰਬਾਣੀ ਦੀ ਵਿਚਾਰ ਸ਼ੁਰੂ ਕਰ ਲਈਏ, ਕਿਉਂਕਿ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਘਰ ਅੰਦਰ ਕੇਵਲ ਇਮੋਸ਼ਨਲ ਹੋ ਕੇ ਮਰਨ ਦਾ ਨਾਮ ਸੂਰਮ ਗਤੀ ਨਹੀਂ, ਉਹ ਤੱਤ ਗਿਆਨ ਨੂੰ ਸਮਝਣ ਵਾਲੇ ਆਤਮ ਵੇਤਾ ਗੁਰਮੁਖ ਪਿਆਰੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲੈ ਕੇ ਆਪਣੇ ਅੰਦਰੋਂ ਸ਼ਬਦ ਨੂੰ ਮਾਣਿਆ, ਉਹਨਾਂ ਨੇ ਦੇਹ ਨੂੰ ਬਿਨਸਨਾਰ ਜਾਣ ਕੇ ਗੁਰੂ ਦੇ ਨੇਤਰਾਂ ਦੇ ਸਾਹਮਣੇ ਉਹ ਪੁਰਜਾ ਪੁਰਜਾ ਘੱਟ ਮਰੇ। ਉਹ ਅਧਿਆਤਮਕ ਅਵਸਥਾ ਹੀ ਗੱਲ ਮੈਂ ਇੱਕ ਦਿਨ ਸੀਸਗੰਜ ਕਥਾ ਕਰਦਿਆਂ ਕਹੀ ਸੀ ਕਿ ਔਰੰਗਜ਼ੇਬ ਨੇ ਦਿੱਲੀ ਦੀਆਂ ਗਲੀਆਂ ਵਿੱਚ ਖੂਨ ਦੀਆਂ ਨਾਲੀਆਂ ਨਹੀਂ ਵਿਖਾਈਆਂ, ਪਰ ਚਾਂਦਨੀ ਚੌਂਕ ਵਿੱਚ ਲੋਕ ਕਿਉਂ ਰੁਕਦੇ ਪਏ, ਸੀਸਗੰਜ ਵਿੱਚ ਕਿਉਂ ਮੱਥੇ ਟੇਕਦੇ ਪਏ? ਉਹਦਾ ਇੱਕ ਕਾਰਨ ਹੈ,
ਕਿ ਜਿਹੜਾ ਉਸ ਚੁਰਸਤੇ ਵਿੱਚ ਖੂਨ ਡੁੱਲਿਆ ਹੈ, ਜਿਹੜਾ ਉੱਥੇ ਸੀਸ ਕੱਟਿਆ ਗਿਆ, ਇਹ ਉਹਦਾ ਸੀਸ ਕੱਟਿਆ ਗਿਆ ਜਿਹਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਸੀ। ਉਹ ਖੂਨ ਨਿਰਾਰਥਕ ਨਹੀਂ, ਉਹ ਖੂਨ ਤਵੇਂ ਵਾਲਾ ਨਹੀਂ, ਉਹ ਖੂਨ ਕਾਇਰ ਨਹੀਂ। ਗਗਨ ਦਮਾਮਾ ਤਾਂ ਵੱਜਦੇ ਹੀ ਉਦੋਂ ਮੈਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੌ ਦਰ ਠਾਕੇ ਵਰਜ ਰਹਾਏ, ਦਸਵੇਂ ਨਿਜ ਕਰ ਵਾਸਾਂ ਪਾਏ, ਉੱਥੇ ਅਨਦ ਸ਼ਬਦ ਵੱਜਿਆ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਆ ਹੈ ਗਗਨ ਦਮਾਮਾ ਵੱਜਿਓ, ਗੁਰਮਤੀ ਸ਼ਬਦ ਸੁਣਾਵਣਿਆ। ਉਹਨੂੰ ਗੁਰੂ ਗ੍ਰੰਥ ਸਾਹਿਬ ਬਾਣੀ 'ਚ ਕਹਿੰਦੇ ਨੇ, ਸੰਤੋ ਮਨ ਪਵਨੈ ਸੁਖ ਬਣਿਆ, ਕਬੀਰ ਸਾਹਿਬ ਜੀ, ਕਿਸ ਯੋਗ ਪ੍ਰਾਪਤ ਗਣਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤਖੈ ਤੋਰੀ, ਮੂੰਦ ਲੀਏ ਦਰਵਾਜੇ, ਬਾਜੀਅਲੇ ਅਨਹਦ ਬਾਜੇ। ਇਕੱਲਾ ਗੱਲਾਂ ਨਾਲ ਨਹੀਂ ਦੱਸਣ, ਅਸਲ 'ਚ ਜਿੰਨੀ ਦੇਰ ਤੱਕ ਉਹਨਾਂ ਆਪਣੀਆਂ ਵਾਸ਼ਨਾਵਾਂ 'ਤੇ ਕਾਬੂ ਨਾ ਪਾਇਆ, ਕਿ ਮੋਹ ਇੱਕ ਵਾਸ਼ਨਾ ਨਹੀਂ, ਲਾਲਚ ਇੱਕ ਵਾਸ਼ਨਾ ਨਹੀਂ, ਕਿ ਹੋਰ ਜੀਣ ਦੀ ਇੱਕ ਵਾਸ਼ਨਾ ਨਹੀਂ। ਕਿਹੜਾ ਬੰਦਾ ਜਿਹਦਾ ਦਿਲ ਕਰਦਾ ਸਾਹਮਣੇ ਮੌਤ ਦਿਸਦੀ ਹੈ, ਮੈਂ ਮਰ ਜਾਣਾ। ਸੱਚ ਇਹ ਵੇ, ਇੱਥੇ ਤਾਂ ਸੱਕੇ ਭਰਾ ਵੀ, ਭੈਣਾਂ ਵੀ, ਰਿਸ਼ਤੇਦਾਰ ਵੀ ਮੁਸੀਬਤ ਵੇਲੇ ਸਾਥ ਛੱਡ ਜਾਂਦੇ ਨੇ, ਪਰ ਇੱਥੇ ਉਹ ਸ਼ਹੀਦ ਹੁੰਦੇ ਪਏ ਨੇ ਜਿਨ੍ਹਾਂ ਮੌਤ ਦੀਆਂ ਤੰਦਾਂ ਤੋੜੀਆਂ ਨੇ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਦੂਜਾ ਕੋਈ ਦਿਸਦਾ ਹੀ ਨਹੀਂ ਪਿਆ। ਵੇਖੋ, ਇਸ ਚੀਜ਼ ਨੂੰ ਅਸੀਂ ਇਕੱਲਾ ਲੜਾਈ ਤੱਕ ਸੀਮਤ ਨਹੀਂ ਰੱਖਣਾ। ਮੈਂ ਬੇਨਤੀ ਕਰਾਂਗਾ, ਇਹ ਪ੍ਰੇਮੀ ਮਰਜੀਵੜਿਆਂ ਦਾ ਕਾਫਲਾ ਸੀ, ਇਹ ਗੁਰੂ ਦੇ ਪ੍ਰੇਮ ਸਦਾਈ ਹੋਏ ਪਰਵਾਨੇ ਸਨ। ਉਹ ਤਾਂ ਆਪਣੇ ਘਰੋਂ ਚੱਲੇ ਸਨ ਇਸ ਲਾਟ ਤੋਂ ਆਪਣੇ ਆਪ ਨੂੰ ਫਿਦਾ ਕਰਨ ਲਈ, ਪਰ ਚਮਕੌਰ ਦੀ ਗੜੀ ਥਾਂ ਬਣ ਗਈ ਜਿੱਥੇ ਉਹ ਆਪਣੇ ਮਹਿਬੂਬ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਹ ਗਗਨ ਦਮਾਮਾ ਇੱਕ ਅੰਦਰ ਦੀ ਅਵਸਥਾ ਹੈ, ਜਿਨ੍ਹਾਂ ਨੇ ਆਪਣੇ ਅੰਦਰ ਕਾਬੂ ਪਾ ਲਿਆ। ਪਰ ਹਾਂ, ਮੈਂ ਇਹਨੂੰ ਖੱਟ ਯੋਗ ਨਾਲ ਜੋੜ ਕੇ ਅਰਥ ਨਹੀਂ ਕਰਾਂਗਾ। ਗੁਰੂ ਘਰ ਵਿੱਚ ਦਸਮ ਦੁਆਰ, ਉਸ ਦੇ ਉੱਤੇ ਵੀ ਕਿਰਪਾ ਹੋ ਜਾਂਦੀ ਹੈ ਜਿਹੜਾ ਲੰਗਰ ਦੇ ਭਾਂਡੇ ਮਾਂਜਦਾ ਪਿਆ ਹੈ, ਜਿਹੜਾ ਸੰਗਤ ਦੇ ਜੋੜੇ ਝਾੜਦਾ ਪਿਆ ਹੈ, ਜਿਹੜਾ ਲੰਗਰ ਵਿੱਚ ਚੁੱਲ੍ਹੇ ਦੇ ਸਾਹਮਣੇ ਗਰਮੀ ਵਿੱਚ ਬੈਠਾ ਪ੍ਰਸ਼ਾਦੇ ਪਕਾ ਰਿਹਾ, ਅਤੇ ਨਾਲੇ ਉਹ ਗੁਰੂ ਗੁਰੂ ਜਪ ਰਿਹਾ। ਇਸ ਨੂੰ ਗੁਰੂ ਅਮਰਦਾਸ ਨੇ ਇੰਨਾ ਸੁਖੈਨ ਕਰ ਦਿੱਤਾ, ਕਹਿਣ ਲੱਗੇ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵਨੀ ਇਕਨਾ, ਦਸਵਾਂ ਦੁਆਰ ਦਿਖਾਇਆ ਤੈਂ ਅਨੇਕ ਰੂਪ ਨੌ ਨਾਵਨਿਤ, ਤਿਸ ਦਾ ਅੰਤ ਨਾ ਜਾਈ ਪਾਇਆ। ਪਹਿਲੀ ਬੇਨਤੀ ਇਹ ਵੇਖ ਕੇ ਗਗਨ ਵਿੱਚ ਸੁਰਤ ਇੰਨੀ ਉੱਚੀ ਉੱਠੀ ਕਿ ਉਸ ਅਵਸਥਾ ਵਿੱਚ ਸ਼ਬਦ ਆਪਣੇ ਆਪ ਚੱਲਣ ਲੱਗ ਪਿਆ। ਇਹੀ ਕਾਰਨ ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ, ਗਿਆਨੀ ਜੀ ਸ਼ਬਦ ਕਹਿ ਕੇ ਗਏ ਗੁਰੂ ਗ੍ਰੰਥ ਸਾਹਿਬ ਜੀ ਲਈ, ਗੁਰਮੁਖੋ ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ, ਅੱਜ ਇੱਥੇ ਵਿਦਿਆਰਥੀ ਗੁਰਮਤ ਦੇ ਬੈਠੇ ਆ, ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ 'ਚ ਹੈ, ਅਨੇਕਾਂ ਭਾਸ਼ਾਵਾਂ ਨੇ ਇਹਦੇ ਵਿੱਚ, ਪਰ ਕੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਿਰਫ ਓਨੀ ਦੇਰ ਤੱਕ ਸਾਡਾ ਸਾਥੀ ਹੈ ਜਿੰਨੀ ਦੇਰ ਤੱਕ ਸਾਡੀ ਜ਼ੁਬਾਨ ਹੈ? ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕੇਵਲ ਮ੍ਰਿਤ ਮੰਡਲ ਤੱਕ ਸੀਮਤ ਮਤ ਰੱਖਿਓ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਗਿਆਨ ਉੱਥੇ ਜਾਂਦਾ ਹੈ ਜਿੱਥੇ ਬੰਦੇ ਦਾ ਆਪਣਾ ਭੂਤਕ ਸਰੀਰ ਵੀ ਨਹੀਂ ਜਾਂਦਾ। ਫਿਰ ਬੇਨਤੀ, ਇਸ ਨੂੰ ਰਿਪੀਟ ਕਰਾਂਗਾ, ਗੱਲ ਸਮਝ ਪਏਗੀ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਅਸੀਂ ਕਹੀਏ ਜੀ ਮੈਂ ਜਪਜੀ ਸਾਹਿਬ ਪੜ੍ਹਨਾ, ਜਿੱਦਣ ਮੇਰੀ ਡੈਥ ਹੋ ਗਈ ਜਪਜੀ ਤਾਂ ਬੋਲੀ ਹੀ ਨਹੀਂ ਜਾਣਾ, ਮੇਰਾ ਸਾਰਾ ਸਰੀਰ ਖਤਮ ਹੈ। ਨਹੀਂ, ਗੁਰਮੁਖੋ ਯਾਦ ਰੱਖਿਓ, ਗੁਰੂ ਸ਼ਬਦ ਵਿੱਚ ਉਹ ਗਿਆਨ ਸਮੋਇਆ ਹੋਇਆ ਜਿਹੜਾ ਅੰਤਰ ਆਤਮੇ ਰਚ ਜਾਂਦਾ, ਰਸ ਜਾਂਦਾ, ਗੁੱਝ ਜਾਂਦਾ। ਜਦੋਂ ਬੰਦਾ ਸਰੀਰ ਛੱਡੇਗਾ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਉਹਦੀ ਬੋਡੀ ਛੱਡਣ ਤੋਂ ਬਾਅਦ ਵੀ ਨਾਲ ਜਾਏਗਾ। ਇੱਥੇ ਵੀ ਸਮੱਸਿਆ ਸਾਡੀ ਖੜੀ ਹੁੰਦੀ ਹੈ, ਨਹੀਂ ਜੀ ਮ੍ਰਿਤਕ ਲਈ ਭੋਗ ਥੋੜ੍ਹਾ ਹੁੰਦਾ, ਮ੍ਰਿਤਕ ਲਈ ਪਾ। ਨਹੀਂ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਕਹਿੰਦਾ ਗੁਰ ਕਾ ਬਚਨ ਬਸੈ ਸਰੀਰ ਨਾਲੇ ਨਹੀਂ ਕੱਲਾ ਜੀ ਨਾਲੇ। ਕੀ ਅਸੀਂ ਜਪਜੀ ਸਾਹਿਬ ਨੂੰ ਇਸ ਕਰਕੇ ਪੜ੍ਹਦੇ ਹਾਂ ਕਿ 38 ਪੌੜੀਆਂ ਸਾਡੀ ਬੋਲੀ 'ਚ ਨੇ? ਕੀ ਸੁਖਮਨੀ ਸਾਹਿਬ ਇਸ ਕਰਕੇ ਪੜ੍ਹਦੇ ਹਾਂ ਕਿ 24 ਅਸ਼ਟਪਦੀਆਂ ਸਾਡੀ ਬੋਲੀ 'ਚ ਨੇ? ਕੀ ਆਸਾਂ ਕੀ ਵਾਰ ਇਸ ਕਰਕੇ ਪੜ੍ਹਦੇ ਹਾਂ ਕਿ 24 ਪੌੜੀਆਂ ਸਾਡੀ ਜ਼ਬਾਨ 'ਚ ਨਹੀਂ? ਸਾਡੀ ਜ਼ਬਾਨ ਵਿੱਚ ਗੁਰੂ ਨੇ ਤਰਸ ਕਰਕੇ ਸ਼ਬਦ ਨੂੰ ਲੈ ਆਉਂਦਾ, ਪਰ ਇਹ ਸ਼ਬਦ ਉਹ ਜਿਹੜਾ ਕਿਸੇ ਜ਼ਬਾਨ ਵਿੱਚ ਕਦੀ ਆਉਂਦਾ ਹੀ ਨਹੀਂ। ਫਿਰ ਇਸ ਗੱਲ ਨੂੰ ਸੁਣਿਓ, ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨਮੈ ਨਾਹੇ, ਮਹਾਰਾਜ ਸ਼ਬਦ ਵਰਤਦੇ ਆ। ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਪਰ ਜਿਹਨੇ ਇਹ ਲਿਖੇ
ਤੇ ਸ਼ਰਨਾਖਾ ਤਰਸ ਕਰੇ ਕੀਤਾ ਗੁਰੂ ਨਾਨਕ ਸਾਹਿਬ ਨੇ। ਉਹਨਾਂ ਨੇ ਸਾਡੀ ਬੋਲੀ ਚੋਂ ਰੂਹਾਨੀ ਗਿਆਨ ਦਿੱਤਾ, ਜਿਸ ਗਿਆਨ ਦੀ ਖਾਤਰ ਬੜੇ ਵੱਡੇ ਦੇਵਤੇ ਰਿਸ਼ੀ ਮੁਨੀ, ਮੈਂ ਬੇਨਤੀ ਕਰਾਂਗਾ ਸੰਖੇਪ ਜੀ, ਅਸਲ 'ਚ ਉਹ ਸ਼ਬਦ ਕਹਿ ਜਿਹੜਾ ਨਿਰੰਤਰ ਆਪਣੇ ਆਪ ਅੰਦਰ ਗੂੰਜਦਾ ਹੈ, ਫਿਰ ਉਹ ਸ਼ਬਦ ਕੀ ਜੀਵਨ ਬਖਸ਼ਦਾ ਹੈ ਕਿ ਮੌਤ ਕੋਈ ਚੀਜ਼ ਨਹੀਂ। ਉਹ ਸ਼ਬਦ ਹੀ ਕਹਿੰਦਾ ਪੁਰਜਾਂ ਪੁਰਜਾਂ ਕੱਟ ਮਰੋ, ਕਿਉਂਕਿ ਉਸ ਸ਼ਬਦ ਨੇ ਉਸ ਪਰਮ ਸੱਤ ਨਾਲ ਜੋੜ ਦਿੱਤਾ ਜਿਹੜਾ ਸਰੀਰ ਟੁੱਟਣ ਤੋਂ ਬਾਅਦ ਵੀ ਕਦੀ ਸੱਤ ਖਤਮ ਨਹੀਂ ਹੁੰਦਾ। ਬੜਾ ਚੋਣਵਾਂ ਸ਼ਬਦ ਪੜਿਆ ਭਾਈ ਸਾਹਿਬ ਨੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਣ ਕੋ ਦਾਓ। ਮਹਾਰਾਜ ਕਹਿੰਦੇ ਆਹ ਸਮਾਂ ਆ ਗਿਆ ਅਬ ਜੂਜਣ ਕੋ ਦਾਓ। ਫਿਰ ਉੱਥੇ ਇਕੱਲਾ ਵਕਾਰਾਂ ਨੂੰ ਨਹੀਂ ਜਿੱਤਿਆ। ਦਾਸ ਅੱਜ ਬੈਠਾ ਸੋਚ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਜਦੋਂ ਅੰਦਰ ਦੀ ਜਿੱਤਣ ਦੀ ਗੱਲ ਵੀ ਕੀਤੀ ਉਦੋਂ ਇਕੱਲੀ ਮਾਲਾ ਦੀ ਨਹੀਂ ਕੀਤੀ, ਉਦੋਂ ਵੀ ਸੂਰਮੇ ਨੂੰ ਖੜਾ ਕੀਤਾ, ਉਦੋਂ ਵੀ ਪਹਿਲਵਾਨ ਖੜਾ ਹੁੰਦਾ। ਗੁਰੂ ਅਰਜਨ ਦੇਵ ਦਾ ਇੱਕ ਬਚਨ ਹੈ, ਕਹੇ ਖਾਉ ਗੁਸਾਈ ਦਾ ਪਹਿਲਵਾਨੜਾ। ਹੁਣ ਇਹ ਨਹੀਂ ਕਿਹਾ ਮੈਂ ਗੁਫਾ 'ਚ ਬੈਠਾ, ਕਹਿੰਦੇ ਮੈਂ ਪਹਿਲਵਾਨ ਖਾਂ। ਹਾਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਲੜਾ, ਸਭ ਖੋਈ ਛਿੰਜ ਇਕੱਠੀਆਂ ਦਿਓ, ਬੈਠਾ ਵੇਖਾ ਆਪ ਜੀਓ ਵਾਤ ਵੱਜਣ, ਟਮਕ ਭੇਰੀਆਂ ਮਲ ਲੱਥੇ ਲੈਂਦੇ ਆਪ ਜੂਜਣ ਕੋ ਦਾਓ। ਮਲ ਲੱਥੇ ਲੈਂਦੇ ਫੇਰੀਆਂ, ਕਹਿਣ ਲੱਗੇ ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ। ਇਸੇ ਨੂੰ ਗੁਰਬਾਣੀ ਨੇ ਕਿਹਾ, ਕਹਿਣ ਲੱਗੇ ਅੰਦਰ ਨੂੰ ਜਿੱਤਣ ਲਈ ਕਬੀਰ ਸਾਹਿਬ ਨੇ ਸੱਚ ਏਵੇ ਗੁਰਬਾਣੀ ਨੇ ਤਾਂ ਬਖਸ਼ਿਸ਼ ਕੀਤੀ। ਉਹਨਾਂ ਨੇ ਇਕੱਲੀ ਬਾਹਰ ਦੀ ਤੋਪ ਦੀ ਗੱਲ ਨਹੀਂ ਕੀਤੀ, ਮੈਂ ਹੈਰਾਨ ਹੋਇਆ ਉਹਨਾਂ ਨੇ ਅੰਦਰ ਦੀ ਤੋਪ ਦੀ ਗੱਲ ਵੀ ਕੀਤੀ। ਕਿਉਂਕਿ ਇਹ ਮੈਂ ਥੋੜ੍ਹਾ ਜਿਹਾ ਹਟ ਕੇ ਇਸ ਵਾਰੀ ਬੇਨਤੀ ਕਰਨ ਲੱਗਾ ਕਿ ਇੱਥੇ ਡੁੱਲੇ ਹੋਏ ਖੂਨ ਦੇ ਕਤਰੇ ਇੱਕ ਸੰਗਠਨ ਦੇ ਕਤਰੇ ਨਹੀਂ, ਇੱਕ ਦੋ ਘੜੀਆਂ ਇਨਕਲਾਬ ਪੈਦਾ ਹੋਏ ਖੂਨ ਦੇ ਕਤਰੇ ਨਹੀਂ। ਮੈਂ ਤਾਂ ਪਹਿਲਾ ਸ਼ਬਦ ਵਰਤਿਆ, ਇੱਥੇ ਇਮੋਸ਼ਨਲ ਹੋ ਕੇ ਦੁਨੀਆ ਦੀ ਵਾਹ ਵਾਹ ਖੱਟਣ ਵਾਸਤਿਆਂ ਦੇ ਟੁਕੜੇ ਤੇ ਖੂਨ ਦੇ ਕਤਰੇ ਨਹੀਂ, ਇੱਥੇ ਉਹਨਾਂ ਦੇ ਟੁਕੜੇ ਤੇ ਖੂਨ ਦੇ ਕਤਰੇ ਨੇ ਜਿਨ੍ਹਾਂ ਦੇ ਖੂਨ ਦੇ ਕਤਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਸੰਚਾਰ ਹੈ, ਜਿਨ੍ਹਾਂ ਦੀ ਸੁਰਤ ਵਿੱਚ ਅੰਮ੍ਰਿਤ ਸੰਚਾਰ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਅੰਦਰ ਦੇ ਜਿੱਤਣ ਲਈ ਇੱਕ ਸ਼ਬਦ ਵਰਤਿਆ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ ਏਕੈ ਚੋੜ ਸਜਾਇਆ। ਉਹਨਾਂ ਨੇ ਸੁਰਤ ਨੂੰ ਤੋਪ ਰੂਪ ਕਿਹਾ। ਮੈਂ ਇੱਕ ਅਰਜ਼ ਕਰਾਂਗਾ, ਗੁਰੂ ਘਰ ਅੰਦਰ ਸਭ ਤੋਂ ਪਹਿਲਾ ਸ਼ਬਦ ਜਿਹੜਾ ਸਾਰੇ ਗੁਰਮੁਖ ਪੜ੍ਹ ਕੇ ਜਾਂਦੇ ਆ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਗੁਰਮੁਖ ਹੋਏ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਅਸੀਂ ਪੜ੍ਹਦੇ। ਕਹਿੰਦੇ ਜੇ ਤੇਰੇ ਮਨ ਵਿੱਚ ਪ੍ਰੇਮ ਦੀ ਖੇਡ ਖੇਡਣ ਦਾ ਚਾਹ ਹੈ, ਆਪਣਾ ਸਿਰ ਤਲੀ ਦੇ ਉੱਤੇ ਰੱਖ ਕੇ ਲਿਆਈ। ਜਿਨ੍ਹਾਂ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ, ਜਿਹੜੇ ਪੰਜਾਂ ਦੀ ਸੇਵਾ ਕਰਦੇ ਆ ਪੰਚਾਂ ਦੀ, ਉਹਨਾਂ ਨੂੰ ਪਤਾ ਹੈ ਕਿ ਗੁਰੂ ਦਰਬਾਰ ਵਿੱਚ ਜਦੋਂ ਅੰਮ੍ਰਿਤ ਸੰਚਾਰ ਹੁੰਦਾ ਉਦੋਂ ਸੱਚ ਇਹ ਵੇ ਕਿ ਪੰਜ ਪਿਆਰੇ ਓਨੀ ਦੇਰ ਤੱਕ ਅਰਦਾਸ ਨਹੀਂ ਕਰਦੇ ਜਿੰਨੀ ਦੇਰ ਤੱਕ ਸੰਗਤ ਨੂੰ ਪੁੱਛ ਨਹੀਂ ਲਿਆ ਜਾਂਦਾ। ਪੰਚ ਇਹ ਹੀ ਕਹਿੰਦੇ ਕਿ ਕੀ ਤੁਸੀਂ ਲਾਲਚ ਅਧੀਨ ਅੰਮ੍ਰਿਤ ਛਕਣ 'ਤੇ ਨਹੀਂ ਆਏ, ਕਿਸੇ 'ਤੇ ਦਬਾਅ ਥੱਲੇ 'ਤੇ ਨਹੀਂ ਆਏ, ਕੀ ਅੰਮ੍ਰਿਤ ਛਕਣ ਲਈ ਤੁਹਾਨੂੰ ਕਿਸੇ ਨੇ ਫੋਰਸ 'ਤੇ ਨਹੀਂ ਕੀਤਾ, ਕੀ ਗੁਰੂ ਨੂੰ ਤੁਸੀਂ ਸੀਸ ਦਿਓਗੇ, ਉੱਥੇ ਕੰਡੀਸ਼ਨ ਇਹ ਨਹੀਂ ਰੱਖੀ ਜਾਂਦੀ ਅੰਮ੍ਰਿਤ ਛਕ ਕੇ ਤੇਰੇ ਘਰ ਪੁੱਤਰ ਪੈਦਾ ਹੋ ਜਾਏਗਾ। ਯਾਦ ਰੱਖਿਓ ਪੰਜ ਪਿਆਰੇ ਕਦੀ ਨਹੀਂ ਕਹਿੰਦੇ, ਇਹ ਨਹੀਂ ਕਹਿੰਦੇ ਅੰਮ੍ਰਿਤ ਛਕ ਤੇਰੀ ਬਿਮਾਰੀ ਚਲੀ ਜਾਏਗੀ, ਇਹ ਨਹੀਂ ਕਹਿੰਦੇ ਅੰਮ੍ਰਿਤ ਛਕ ਤੇਰਾ ਬਿਜ਼ਨਸ ਚੱਲੇਗਾ, ਇਹ ਨਹੀਂ ਕਹਿੰਦੇ ਅੰਮ੍ਰਿਤ ਛਕ ਕੱਲ੍ਹ ਨੂੰ ਤੈਨੂੰ ਟਿਕਟ ਮਿਲ ਜਾਏਗੀ ਪਾਰਟੀ 'ਚ। ਉੱਥੇ ਇੱਕੋ ਗੱਲ ਕਹੀ ਜਾਂਦੀ ਹੈ ਕਿ ਅੰਮ੍ਰਿਤ ਛਕਣਾ ਹੀ ਅਤੇ ਸੀਸ ਗੁਰੂ ਨੂੰ ਦੇ, ਜੇ ਸੀਸ ਦੇ ਸਕਣਾ ਤਾਂ ਅੰਦਰ ਆਈ, ਨਹੀਂ ਤਾਂ ਦਰਵਾਜ਼ਾ ਖੁੱਲ੍ਹਾ ਤੂੰ ਬਾਹਰ ਜਾ ਸਕਣਾ। ਮੈਂ ਤਾਂ ਬੇਨਤੀ ਕੀਤੀ, ਇਹ ਲਾਲਚ ਵਾਲਾ ਧਰਮ ਨਹੀਂ, ਇਹ ਕੁਰਬਾਨੀ ਵਾਲਾ ਹੈ, ਇੱਥਾਂ ਆਪਾਂ ਆਪ ਕੁਰਬਾਨ ਕਰ ਲਈ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ, ਜੇ ਮੇਰੇ ਕੋਲ ਆਉਣਾ ਹੈ ਤਾਂ ਆਪਣਾ ਸੀਸ ਤਲੀ 'ਤੇ ਰੱਖ ਕੇ ਆ, ਪਰ ਅਗਲੀ ਗੱਲ ਇਸ ਮਾਰਗ 'ਤੇ ਚੱਲੇਗਾ ਤਾਂ ਰੱਬ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਤੈਨੂੰ ਕਰਨੀ ਪਏਗੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਂ ਨਾ ਕੀਜੈ। ਇਸੇ ਨੂੰ ਦੇਖੋ ਗੁਰਬਾਣੀ 'ਚ ਕਿਹਾ ਫਿਰ ਸਤਿਗੁਰੂ ਨੇ ਕਿ ਜਿਸ ਪਿਆਰੇ ਸਿਓ ਨੇ, ਚੇਤੇ ਰੱਖਿਓ ਇੱਥੇ ਅਰਥ ਕੀਤੇ ਨੇ ਗੁਰੂ ਅੰਗਦ ਦੇਵ ਦੇ ਸਲੋਕਾਂ ਦੇ ਗੁਰਸਿੱਖਾਂ ਨੇ, ਜਿਸ ਪਿਆਰੇ ਸਿਓ ਨੇ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਇੱਥੇ ਆਨੰਦ ਸਾਹਿਬ ਦੀਆਂ ਤੁਕਾਂ ਦੇ ਅਰਥ ਹੋਏ ਨੇ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ,
ਹੁਕਮ ਮੰਨੇ ਪਾਈਏ। ਇੱਥੇ ਅਰਥ ਹੋਏ ਨੇ ਕਬੀਰ ਜੋ ਤੋ ਸਾਧ ਪ੍ਰਮ ਕੀ ਸੀਸ ਕਾਟ ਕਰ ਗੋਏ। ਭਾਈ ਸਾਹਿਬ ਕਹਿ ਰਹੇ ਸਨ ਕਿ ਇਸ ਧਰਤੀ ਤੇ ਜਿੱਥੇ ਮੈਂ ਤੁਸੀਂ ਬੈਠੇ ਆ ਗੁਰਮੁਖੋ, ਇਸ ਧਰਤੀ ਦੇ ਉੱਤੇ ਸਾਹਿਬਜ਼ਾਦੇ ਜੂਝੇ ਆ, ਇੱਥੇ ਪੁਰਜਾ ਪੁਰਜਾ ਕੱਟ ਮਰੇ ਆ। ਪਰ ਕਬੀਰ ਸਾਹਿਬ, ਮੈਂ ਕਈ ਵਾਰੀ ਸੋਚਣਾ ਕਬੀਰ ਸਾਹਿਬ ਦੀ ਜਦੋਂ ਬਾਣੀ ਪੜ੍ਹਨਾ ਮੈਨੂੰ ਇੰਝ ਲੱਗਦਾ ਸਾਰਾ ਮਾਡਲ ਪੇਸ਼ ਕਰਦਾ ਪਿਆ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਕਿ ਇਸ ਸ਼ਬਦ ਨੇ ਆਉਣ ਵਾਲੇ ਕਿਹੜੇ ਇਤਿਹਾਸ ਨੂੰ ਜਨਮ ਦੇਣਾ। ਉਹ ਸੱਚੀ ਮੁੱਚੀ ਕਹਿ ਰਹੇ, ਕਹਿੰਦੇ ਨੇ ਜੇ ਤੈਨੂੰ ਪਿਆਰੇ ਦੇ ਨਾਲ ਪ੍ਰੇਮ ਦੀ ਖੇਡ ਖੇਡਣ ਦਾ ਚਾਹਕ ਹੈ। ਗੁਰੂ ਸਾਹਿਬ ਨੇ ਕਿਹਾ ਸਿਰ ਤਰ ਤਲੀ ਗਲੀ ਮੇਰੀ ਆਓ। ਕਬੀਰ ਸਾਹਿਬ ਨੇ ਕਿਹਾ ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਹਕ ਹੈ ਤੇ ਆਪਣੇ ਸਿਰ ਨੂੰ ਗੇਂਦ ਬਣਾ, ਮਹਿਬੂਬ ਦੇ ਚਰਨਾਂ ਵਿੱਚ ਸੜ ਦੇ, ਜਿੱਧਰ ਮਰਜ਼ੀ ਠੁੱਡਾ ਮਾਰ ਦੇ, ਤੂੰ ਆਪਣੀ ਮਰਜ਼ੀ ਕਦੀ ਨਾ ਕਰੀ। ਇਹ ਸਲੋਕ ਹੈ ਜੀ ਕਬੀਰ, ਜੋ ਤੋ ਸਾਧ ਪ੍ਰਮ ਕੀ ਸੀਸ ਕਾਟ ਕਰ ਗੋਏ। ਗੋਏ ਮੀਨਸ ਗੇਂਦ, ਖਿੱਦੂ। ਸੀਸ ਕਾਟ ਕਰ ਗੋਏ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਸੋ ਹੋਏ। ਮੈਂ ਅਰਜ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਨੇ ਆਪਾਂ ਵਾਰਨ ਦੀ ਜਾਚ ਸਿਖਾਈ। ਮੈਂ ਸ਼ੁਰੂਆਤ ਕੀਤੀ ਸੀ ਕਿ ਇੱਥੇ ਕੁਰਬਾਣੀ ਤੇ ਗੁਰਬਾਣੀ ਦਾ ਸਮੇਲ ਹੈ, ਇੱਥੇ ਇਬਾਦਤ ਤੇ ਸ਼ਹਾਦਤ ਦਾ ਸਮੇਲ ਹੈ। ਜਿਸ ਦਿਨ ਨੂੰ ਆਪਾਂ ਯਾਦ ਕਰ ਰਹੇ ਹਾਂ, ਆਓ ਥੋੜ੍ਹਾ ਜਿਹਾ ਤਵਾਰੀਖ ਭਾਵੇਂ ਮੈਂ ਹਰ ਸਾਲ ਆਪ ਨਾਲ ਸਾਂਝੀ ਕਰਨਾ, ਪਰ ਮੇਰੀ ਇੱਛਾ ਹੁੰਦੀ ਮੈਂ ਪਹਿਲਾਂ ਗੁਰਬਾਣੀ ਦੀ ਜ਼ਰੂਰ ਥੋੜ੍ਹੀ ਬਹੁਤ ਵਿਚਾਰ ਕਰਕੇ ਤੁਰਾਂ। ਇਸ ਧਰਤੀ ਨੂੰ ਅਸੀਂ ਹਰ ਸਾਲ ਨਮਸਕਾਰ ਕਰਨ ਵਾਸਤੇ ਆਉਂਦੇ ਹਾਂ ਅਤੇ ਇੱਥੇ ਚਮਕੌਰ ਦੀ ਸਿੰਘ ਸਨ ਬੈਠੇ ਨੇ, ਗੁਰਸਿੱਖ ਇੱਥੇ ਹੋਰ ਵੀ। ਮੈਨੂੰ ਯਾਦ ਹੈ ਮੇਰੇ ਕੋਲੋਂ ਚਿੱਠੀ ਸਾਂਭੀ ਨਹੀਂ ਗਈ, ਇਹ ਕਿਉਂ ਸ਼ੁਰੂ ਕੀਤਾ। ਉਹਨਾਂ ਇੱਕੋ ਗੱਲ ਲਿਖੀ ਸੀ ਮੈਨੂੰ ਜਿੰਨੀ ਕੁ ਵਾਰ ਦੀ ਯਾਦ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਖੂਨ ਦਾ ਵਾਸਤਾ ਇੱਕ ਵਾਰੀ ਚਮਕੌਰ ਸਾਹਿਬ ਕਥਾ ਜ਼ਰੂਰ ਸੁਣਾਉਣ ਆਇਆ ਕਰੋ। ਉਹਨਾਂ ਸ਼ਬਦਾਂ ਨੇ ਮੈਨੂੰ ਰਾਤ ਸੌਣ ਨਹੀਂ ਦਿੱਤਾ। ਸੱਚਮੁੱਚ ਹੁਣ ਵੀ ਉਹ ਸ਼ਬਦ ਸੌਣ ਨਹੀਂ ਦਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨੂੰ ਪਾਰ ਕੀਤਾ ਹੈ, ਜ਼ਿਕਰ ਕੀਤਾ ਰਾਏ ਜਗਤ ਸਿੰਘ ਦਾ, ਕਈ ਬੁੱਧੀ ਚੰਦ ਰਾਵਤ ਕਹਿੰਦੇ ਆ, ਹਜ਼ੂਰ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਆ। ਛੇ ਪੋ ਦੀ ਰਾਤ ਤੇ ਸੱਤ ਪੋ ਦਾ ਦਿਨ ਹੋਣਾ ਹੈ। ਮਹਾਰਾਜ ਆਪਣੇ ਪਰਿਵਾਰ ਸਮੇਤ ਹੈ, ਆਉਣ ਵਾਲੇ ਦਿਨਾਂ 'ਚ ਅਸੀਂ ਵਿਚਾਰ ਹੀ ਜਾਂਗੇ ਸਾਰੀਆਂ ਗੱਲਾਂ। ਸਰਸਾ ਦੇ ਕਿਨਾਰੇ ਆਇਆ, ਸਰਸਾ ਨੂੰ ਪਾਰ ਕਰਦਿਆਂ ਗੁਰਦੇਵ ਦੇ ਪਰਿਵਾਰ ਦਾ ਵਿਛੋੜਾ ਹੋ ਗਿਆ। ਮੈਂ ਕਈ ਵਾਰੀ ਸੋਚਣਾ ਕਵੀਆਂ ਨੂੰ ਹਜ਼ੂਰ ਨੇ ਤੋਰ ਦਿੱਤਾ ਆਨੰਦਪੁਰ ਸਾਹਿਬ ਤੋਂ, ਤਵਾਰੀ ਕਹਿੰਦੀ ਕਵੀਆਂ ਨੂੰ ਕਿ ਆਪਣੇ ਘਰਾਂ ਨੂੰ ਜਾਓ, ਚਲੇ ਗਏ। ਵਿਦਵਾਨ ਪੁਰਸ਼ ਕਈ ਤੋਰ ਦਿੱਤੇ, ਪਰ ਗੁਰੂ ਗੋਬਿੰਦ ਸਿੰਘ ਆਪਣੇ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਨਹੀਂ ਤੋਰਿਆ, ਉਹਨਾਂ ਨੂੰ ਸੇਵ ਨਹੀਂ ਕੀਤਾ, ਆਪਣੇ ਸਾਹਿਬਜ਼ਾਦਿਆਂ ਨੂੰ ਨਹੀਂ ਤੋਰਿਆ। ਬਸ ਆਹੀ ਤਾਂ ਇੱਕ ਗੱਲ ਹੈ, ਕਿਉਂ ਸਿੱਖ ਸਿਰ ਦੇਣ ਨੂੰ ਤੁਰਦਾ? ਜਦੋਂ ਆਗੂ ਆਪਣੇ ਪੁੱਤਾਂ ਦਾ ਸਿਰ ਦੇਣ ਵਾਸਤੇ ਤਿਆਰ ਹੋ ਜਾਂਦਾ ਹੈ, ਯਾਦ ਰੱਖਿਓ ਉਦੋਂ ਕੌਮ ਆਪਣੇ ਪੁੱਤਾਂ ਦੇ ਸਿਰ ਤਲੀਆਂ 'ਤੇ ਰੱਖ ਕੇ ਆਗੂ ਪਿੱਛੇ ਚੱਲ ਪੈਂਦੀ। ਇਹ ਨੁਕਤਾ ਸਮਝਣ ਵਾਲਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੀ ਸਰਕਾਰ ਨੇ ਸਰਸਾ ਨਦੀ ਨੂੰ ਪਾਰ ਕੀਤਾ ਹੈ। ਅੱਲਾਹ ਯਾਰ ਖਾਂ ਜੋਗੀ ਦਾ ਜ਼ਿਕਰ ਕਰਕੇ ਗਏ ਭਾਈ ਸਾਹਿਬ ਹੁਣੀ, ਸੱਚ ਏਵੇ ਜੋ ਮਰਜ਼ੀ ਕਹੀ ਜਾਓ, ਉਸ ਮੁਸਲਮਾਨ ਲਿਖਾਰੀ ਦੀ ਨਜ਼ਮ ਤੋਂ ਬਿਨਾਂ ਕੋਈ ਵੀ ਸਾਕੇ ਨੂੰ ਮੁਕੰਮਲ ਕਰਦਾ ਹੀ ਨਹੀਂ। ਹਾਲਾਂਕਿ ਕਵੀ ਸੈਨਾਪਤ ਸ਼੍ਰੀ ਗੁਰੂ ਸ਼ੋਭਾ 'ਚ ਜ਼ਿਕਰ ਕਰਦੇ ਨੇ ਸਾਰੇ ਸਾਕੇ ਦਾ, ਹਜ਼ੂਰ ਸੱਚੇ ਪਾਤਸ਼ਾਹ ਚਮਕੌਰ ਦੀ ਧਰਤੀ 'ਤੇ ਆਉਂਦੇ ਆ। ਸੈਨਾਪਤ ਕਹਿੰਦਾ ਉਹਨਾਂ ਨੇ ਚਮਕੌਰ ਤੋਂ ਬਾਹਰ ਇੱਕ ਬਾਗ ਦੇ ਵਿੱਚ ਉਤਾਰਾ ਕੀਤਾ, ਹਜ਼ੂਰ ਇਸ ਗੜੀ 'ਚ ਪ੍ਰਵੇਸ਼ ਕਰਦੇ ਹਾਂ ਜਿਸ ਗੜੀ 'ਚ ਆਪਾਂ ਸਾਰੇ ਨਮਸਕਾਰ ਕਰਕੇ ਆਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ 'ਚ ਪ੍ਰਵੇਸ਼ ਕਰਦੇ ਆ, 45 ਦੇ ਕਰੀਬ ਗਿਣਤੀ ਦੱਸੀ ਗਈ। ਚਲੋ ਭਾਈ ਸਾਹਿਬ ਨੇ ਕਿਹਾ 40 ਤੇ 50 ਦੇ ਵਿਚਕਾਰ ਪੰਜ ਪਿਆਰੇ ਨੇ, ਨਾਲ ਸਿੱਖ ਨੇ, ਹਜ਼ੂਰ ਦੇ ਲਾਲ ਨੇ। ਮਹਾਰਾਜ ਇਸ ਗੜੀ ਨੂੰ ਧਿਆਨ ਨਾਲ ਨੀਝ ਨਾਲ ਦੇਖਿਆ। ਇੱਕ ਵਿਦਵਾਨ ਕਹਿੰਦਾ ਹੈ ਤਾਂ ਉਹਦਾ ਵੀ ਖਿਆਲ ਕਿ ਹਜ਼ੂਰ ਨੇ ਆਪਣੇ ਹੱਥ 'ਚ ਕੱਚੀ ਗੜੀ ਦੀ ਕੰਧ ਦੀ ਮਿੱਟੀ ਤੋੜੀ, ਥੋੜ੍ਹੀ ਜਿਹੀ ਮਿੱਟੀ ਤੋੜ ਕੇ ਫੂਕ ਮਾਰ ਕੇ ਉਡਾਈ। ਪਿਆਰੇ ਭਾਈ ਦਇਆ ਸਿੰਘ ਪੁੱਛਦੇ ਨੇ ਮਹਾਰਾਜ ਇਹ ਕੀ? ਕਹਿਣ ਲੱਗੇ ਇਹ ਗੜੀ ਸਵੇਰੇ ਇੱਕ ਇਤਿਹਾਸ ਸਿਰਜੇਗੀ, ਇਹਦੀ ਅਜ਼ਮਤ ਅੱਗੇ ਸੰਸਾਰ ਝੁਕੇਗਾ।
ਇਹ ਗੜੀ ਕੱਚੀ ਨਹੀਂ, ਇਹੋ ਜਿਹੀ ਪੱਕੀ ਬਣ ਜਾਏਗੀ, ਇਹਦਾ ਨਾਮੋ ਨਿਸ਼ਾਨ ਨਹੀਂ ਕਦੀ ਮਿਟੇਗਾ। ਮੈਨੂੰ ਯਾਦ ਹੈ ਅੱਲਾ ਯਾਰ ਖਾਂ ਜੋਗੀ ਦੇ ਸ਼ਬਦ ਸਨ, ਮੈਂ ਮੁਕਾਣੀ ਗੱਲ ਭਾਈ ਸਾਹਿਬ ਤੋਂ ਉਹਨਾਂ ਜਿਹੜੀ ਨਜ਼ਮ ਪੜ੍ਹੀ, ਮੈਂ ਕਿਉਂ ਗੁਰੂ ਗੋਬਿੰਦ ਸਿੰਘ ਨੇ ਲਾਸ਼ਾਂ ਨਹੀਂ ਢੱਕੀਆਂ, ਮੈਂ ਵੀ ਕਵਿਤਾ ਦੀਆਂ ਚਾਰ ਸਤਰਾਂ ਕਹਿ ਕੇ ਸਮਾਪਤ ਕਰਾਂਗਾ, ਪਰ ਤੁਸੀਂ ਥੋੜ੍ਹਾ ਜਿਹਾ ਟਿਕਾ ਮੈਨੂੰ ਬਖਸ਼ਿਓ, ਭਾਵੇਂ ਟਾਈਮ ਬਹੁਤ ਹੋ ਗਿਆ। ਹਜ਼ੂਰ ਨੇ ਸ਼ਬਦ ਵਰਤੇ ਕਿ ਮੈਂ ਆਪਣੇ ਪੁੱਤਰਾਂ ਨੂੰ ਪਾਲ ਕੇ ਤੁਰਿਆ ਵਾਂ, ਮੇਰੇ ਸਿੰਘ ਮੇਰੇ ਲਾਲ ਨਾਲ ਨੇ। ਅਤੇ ਮੈਂ ਤਾਂ ਕਈ ਵਾਰੀ ਕਹਿੰਦਾ, ਭਾਈ ਸਾਹਿਬ ਨੇ ਕਿਹਾ ਸੱਚ ਇਹ ਵਿੱਚ ਚਮਕੌਰ ਗੜੀ ਨੇ ਗੁਰੂ ਗੋਬਿੰਦ ਸਿੰਘ ਦੇ ਪਰਨ ਨੂੰ ਪ੍ਰੈਕਟੀਕਲ ਜਾਮਾ ਦਿੱਤਾ, ਇੱਕ ਇੱਕ ਸਵਾ ਸਵਾ ਲੱਖ ਦਾ ਮੁਕਾਬਲਾ ਕਰੇਗਾ। ਇੱਥੇ ਅਰਥ ਕੀਤੇ ਗੁਰੂ ਨੇ, ਆਪਣੇ ਬੋਲ ਪੁਗਾਏ। ਇੱਥੇ ਹਜ਼ੂਰ ਨੇ ਗੜੀ ਨੂੰ ਦੇਖ ਕੇ ਕਿਹਾ, ਖਾਲਸਾ ਜੀ ਜਿਸ ਖਿੱਤੇ ਮੈਂ ਹਮ ਕਹਿਤੇ ਥੇ ਆਨਾ ਯੇ ਵੋਹੀ ਹੈ, ਜਿਸ ਖਿੱਤੇ ਮੈਂ ਹਮ ਕਹਿਤੇ ਥੇ ਆਨਾ ਯੇ ਵੋਹੀ ਹੈ, ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਯੇ ਵੋਹੀ ਹੈ, ਜਿਸ ਜਗ੍ਹਾ ਪੇ ਬੱਚੋਂ ਕੋ ਕਟਾਨਾ ਯੇ ਵੋਹੀ ਹੈ, ਮਿੱਟੀ ਕਹਿ ਦਿੱਤੀ ਹੈ ਠਿਕਾਨਾ ਯੇ ਵੋਹੀ ਹੈ। ਇਹ ਮੇਰੇ ਲਾਲਾਂ ਦੀ ਸਿੰਘਾਂ ਦੀ ਆਖਰੀ ਮੁਕਾਮ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਰਾਤ ਇਸ ਗੜੀ ਵਿੱਚ ਬਤੀਤ ਕੀਤੀ। ਆਪ ਸਭ ਨੂੰ ਪਤਾ ਤਵਾਰੀਖ ਦਾ, ਤੇ ਦੱਸਦੇ ਕਈ ਵਾਰੀ ਇਹ ਅੱਲਾ ਯਾਰ ਖਾਂ ਜੋਗੀ ਨੇ ਨਕਸ਼ਾ ਬੜੇ ਕਮਾਲ ਦਾ ਪੇਸ਼ ਕੀਤਾ। ਉਹ ਰਾਤ ਕੈਸੀ ਸੀ? ਉਹ ਰਾਤ ਚਿੰਤਾ ਦੀ ਰਾਤ ਨਹੀਂ ਸੀ। ਸੱਚ ਇਹ ਵੇ ਉਸ ਰਾਤ ਨੂੰ ਪਤਾ ਨਹੀਂ ਕਿੰਨੀਆਂ ਕੁ ਰੂਹਾਂ ਅਦ੍ਰਿਸ਼ਟ ਉਡੀਕਦੀਆਂ ਪਈਆਂ ਸਨ। ਉਸ ਰਾਤ ਨੂੰ ਸਤਾਰੇ, ਸੂਰਜ, ਅਧਿਆਤਮਕ ਮੰਡਲਾਂ ਦੀਆਂ ਰੂਹਾਂ ਉਡੀਕਦੀਆਂ ਸਨ, ਕਿਉਂਕਿ ਉਸ ਰਾਤ ਨੇ ਦੱਸਣਾ ਸੀ ਕਿ ਸਵੇਰੇ ਇਸ ਬਾਦਸ਼ਾਹ ਦਰਵੇਸ਼ ਨੇ ਆਪਣੇ ਪੁੱਤਾਂ ਦੇ ਟੁਕੜੇ ਟੁਕੜੇ ਹੁੰਦਿਆਂ ਰੱਬ ਦਾ ਸ਼ੁਕਰ ਕਿਵੇਂ ਕਰਨਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਸ ਰਾਤ ਉਸ ਸ਼ਾਮ ਵੀ ਰਹਿ ਰਾਸ ਦਾ ਪਾਠ ਹੋਇਆ, ਹੁਣੇ ਜ਼ਿਕਰ ਕੀਤਾ ਗਿਆ। ਮੈਂ ਬੇਨਤੀ ਕਰਾਂਗਾ ਨਾਲ, ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾ, ਨਿਤਨੇਮ ਨਹੀਂ ਕਰਦਾ ਨਾ ਅੰਮ੍ਰਿਤ ਵੇਲੇ ਦਾ ਨਾ ਸ਼ਾਮ ਦਾ, ਖਿਮਾ ਕਰ ਦਿਓ, ਸਿਰਫ ਭੇਖੀ ਤੇ ਵਿਖਾਵੇ ਦਾ ਸਿੱਖ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ। ਇਹ ਗੁੱਸੇ 'ਚ ਨਾਲ ਜਾਇਓ, ਅਸੀਂ ਆਪਣੇ ਇਸ ਦਿਮਾਗ 'ਚ ਕਿੰਨਾ ਕੁਝ ਫਿੱਟ ਕਰੀ ਬੈਠੇ। ਸਵੇਰੇ ਸਵੇਰੇ ਉੱਠ ਕੇ ਕੀ ਕੁਝ ਅਸੀਂ ਦੇਖਦੇ ਹਾਂ ਫੋਨਾਂ 'ਚੋਂ। ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਈ ਤਾਂ ਬਖਸ਼ਿਸ਼ ਕਹੇ ਕਿ ਸਵੇਰੇ ਸ਼ਹਾਦਤ ਦਾ ਜਾਮ ਪੀਤਾ ਜਾਣਾ, ਰਹਿ ਰਾਸ ਦਾ ਪਾਠ ਗੜੀ ਵਿੱਚ ਰਾਤ ਨੂੰ ਹੀ ਹੋਇਆ। ਭਾਈ ਮਦਨ ਸਿੰਘ ਕਾਠਾ ਸਿੰਘ ਦੀ ਤੁਸੀਂ ਇਮਾਰਤ ਬਣਾਈ, ਮੈਂ ਦੇਖੀ ਆ ਨਾਲ, ਪਗਰਾਣੇ ਨਿਵਾਸੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਦੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਰਾਤ ਸਿੱਖਾਂ ਨੇ ਟਿਕਾਣਾ ਕਰ ਦਿੱਤਾ। ਕੋਈ ਕੀਮਤੀ ਬਸਤਰ ਨਹੀਂ, ਪੋਹ ਦੀ ਰਾਤ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਉਸ ਰਾਤ ਆਪਣੇ ਸਿੱਖਾਂ, ਆਪਣੇ ਪੁੱਤਰਾਂ ਨੂੰ ਕਿੰਨੀਆਂ ਕੁ ਅਸੀਸਾਂ ਦਿੱਤੀਆਂ। ਸੱਚ ਇਹ ਵੇ ਰਾਤ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ, ਗੁਰੂ ਗੋਬਿੰਦ ਸਿੰਘ ਜੀ ਦੇ ਅਰਥ ਮਤ ਕਰੋ ਕਿ ਗੁਰੂ ਗੋਬਿੰਦ ਸਿੰਘ ਚਲਾ ਗਿਆ। ਅੱਜ ਵੀ ਸਿੱਖ ਗੜੀ ਵਿੱਚ ਮੱਥਾ ਟੇਕਦਾ ਹੈ ਤੇ ਗੁਰੂ ਗੋਬਿੰਦ ਸਿੰਘ ਅੱਜ ਵੀ ਰਾਤ ਨੂੰ ਅਸੀਸਾਂ ਦਿੰਦਾ ਹੈ। ਕਿਉਂਕਿ ਮੈਂ ਇਮੋਸ਼ਨਲ ਕਰ ਲਈ ਨਹੀਂ, ਭਾਈ ਨੰਦ ਲਾਲ ਸਾਹਿਬ ਜੈਸਾ ਦਰਵੇਸ਼ ਕਵੀ ਕਹਿੰਦਾ, ਉਹ ਦੁਨੀਆਂ ਦੇ ਲੋਕੋ ਜਿਵੇਂ ਇੱਕ ਓੰਕਾਰ ਨੂੰ ਕਰਤਾਪੁਰ ਕਹਿ ਕੇ ਅਰਥ ਕਰਦੇ ਹੋ, ਦੁਨੀਆਂ ਦੀ ਹਰ ਕਿਰਤ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ। ਕਾਦਰੇ ਖਰਕਾਰ ਗੁਰ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ। ਰਾਤ ਨੂੰ ਸਿੱਖਾਂ ਵਿਸ਼ਰਾਮ ਕਰਦੇ ਨੇ। ਭਾਈ ਮਦਨ ਸਿੰਘ, ਭਾਈ ਕਾਠਾ ਸਿੰਘ, ਕਈ ਥਾਵਾਂ ਤੇ ਕੋਠਾ ਸਿੰਘ ਸ਼ਬਦ ਹੈ, ਨਾਮ ਅੰਤਰ ਹੈ, ਗੜੀ ਦੇ ਦਰਵਾਜ਼ੇ ਅੱਗੇ ਪਹਿਰਾ ਦਿੰਦੇ ਆ। ਬਸ ਉਸ ਰਾਤ ਨੂੰ ਮੈਂ ਕਈ ਸਾਲ ਪਹਿਲਾਂ ਇੱਥੇ ਇੱਕ ਬੇਨਤੀ ਕੀਤੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਰਾਤ ਅਕਾਲ ਦਾ ਸ਼ੁਕਰ ਕਰਦੇ ਆ। ਹਜ਼ੂਰ ਸੱਚੇ ਪਾਤਸ਼ਾਹ ਬਾਰੇ ਅੱਲਾ ਯਾਰ ਖਾਂ ਜੋਗੀ ਦੇ ਉਹ ਸ਼ਬਦ ਨੇ, ਉਹ ਲਿਖਦਾ ਹੈ, ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ। ਭਾਵੇਂ ਸ਼ੇਰ ਕਾਫੀ ਥਾਵਾਂ ਤੇ ਕੋਟ ਕੀਤੇ ਗਏ, ਉੱਥੇ ਲੇਟ ਗਏ ਕੁਛ ਖਾਕ ਪੇ ਜ਼ੀ ਪੋਸ਼ ਵਿਛਾ ਕਰ, ਪਹਿਰਾ ਦੇਣੇ ਲੱਗੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬ ਬਾਸ਼ ਹੋਵੇ ਖੇਮੇ ਮੇ ਜਾ ਕਰ, ਦੇਖਾਂ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ,
ਖੈ ਤੂੰ ਹੀ ਹੀ ਤੂੰ ਹੀ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਕਿਉਂਕਿ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਦੀ ਰਚਨਾ ਵਿੱਚ ਤੂੰ ਹੀ ਸ਼ਬਦ ਬੜਾ ਪਿਆਰਾ ਹੈ, ਉਹ ਤੂੰ ਹੀ ਨੂੰ ਬੜੀ ਵੱਡੀ ਥਾਂ ਦਿੰਦੇ ਆ। ਉਹ ਆਪਣੀ ਰਚਨਾ ਜਦੋਂ ਅਕਾਲ ਦੀ ਉਸਤ ਕਰਦੇ ਆ ਤੇ ਸ਼ਬਦ ਵਰਤਦੇ ਆ ਜ਼ਮੀ ਤੂੰ ਹੀ, ਜ਼ਮਾ ਤੂੰ ਹੀ, ਮੱਕੀ ਤੂੰ ਹੀ, ਮਕਾਂ ਤੂੰ ਹੀ, ਅਪੂ ਤੂੰ ਹੀ, ਅਪੈ ਤੂੰ ਹੀ, ਅਛੂ ਤੂੰ ਹੀ, ਅਛੈ ਤੂੰ ਹੀ, ਜਤਸ ਤੂੰ ਹੀ, ਬ੍ਰਤਸ ਤੂੰ ਹੀ, ਗਤਸ ਤੂੰ ਹੀ, ਮਤਸ ਤੂੰ ਹੀ, ਤੂੰ ਹੀ ਤੂੰ ਹੀ। ਗੁਰੂ ਸਾਹਿਬ ਹਜ਼ਾਰਾਂ ਵਾਰੀ ਇੱਕੋ ਸੁਰ ਵਿੱਚ ਤੂੰ ਹੀ ਤੂੰ ਹੀ ਪੁਕਾਰਦੇ ਆ। ਚੇਤੇ ਰੱਖਿਓ ਇਹ ਤੂੰ ਹੀ ਸ਼ਬਦ ਵੀ ਗਗਨ ਦਮਾਮੇ ਦੀ ਤਰ੍ਹਾਂ ਰਮਜ ਭਰਿਆ। ਇਹ ਤੂੰ ਹੀ ਇਕੱਲਾ ਜ਼ਬਾਨੀ ਨਹੀਂ, ਇਹ ਤੂੰ ਹੀ ਇੱਕ ਅੰਦਰ ਦੀ ਅਵਸਥਾ ਹੈ। ਜਿਸ ਵਕਤ ਮੈਂ ਦਾ ਬਿਲਕੁਲ ਅਭਾਵ ਹੋ ਜਾਂਦਾ, ਆਤਮ ਪਰਮਾਤਮ ਰੂਪ ਹੋ ਜਾਂਦੀ ਹੈ, ਜੋਤੀ ਜੋਤ ਵਿੱਚ ਸਮਾ ਜਾਂਦੀ ਹੈ, ਪਾਣੀ ਪਾਣੀ ਵਿੱਚ ਲੀਨ ਹੋ ਜਾਂਦਾ ਹੈ, ਉਦੋਂ ਕੇਵਲ ਤੂੰ ਹੀ ਰਹਿੰਦਾ ਹੈ। ਤੂੰ ਹੀ ਤਾਂ ਇੱਕ ਅਵਸਥਾ ਹੈ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਨੂੰ ਕੇਵਲ ਪਿਆਰਾ ਮਹਿਬੂਬ ਹੀ ਨਜ਼ਰ ਆਉਂਦਾ ਹੈ। ਉਹ ਕਹਿੰਦਾ ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ, ਖੈਮੇ ਸੇ ਨਿਕਲ ਆਏ ਸਰਕਾਰ ਖਵਾ ਮੇਂ, ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇਂ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇਂ, ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ। ਅਕਾਲ ਪੁਰਖ ਵਾਹਿਗੁਰੂ ਉਹਨੂੰ ਸੰਬੋਧਨ ਕਰਕੇ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਖੈ ਮੌਲਾ, ਥੇ ਤੇਰੇ ਖੈ ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇਂ ਰੱਖੇ ਵੋਈ ਖਾਲਕ ਹੈ ਖਦਸ਼ਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ। ਯਾਦ ਰੱਖੋ ਹਜ਼ੂਰ ਨੇ ਉਸ ਰਾਤ ਪਰਮਾਤਮਾ ਦੀਆਂ ਸਿਫਤਾਂ ਕੀਤੀਆਂ। ਮੈਂ ਕਹਿੰਦਾ ਅੱਲਾ ਯਾਰ ਖਾਂ ਜੋਗੀ ਦੇ ਕੋਈ ਸ਼ੇਰ, ਭਾਵੇਂ ਉਹ ਕਵਿਤਾ ਗਾਉਂਦਾ ਸੀ ਅਸਲ 'ਚ, ਅਤੇ ਮੈਂ ਕਹਿੰਦਾ ਉਹਦੀ ਨਜ਼ਮ ਨੇ ਉਹਨੂੰ ਸਦੀਵ ਕਾਲ ਲਈ ਚਮਕੌਰ ਦੀ ਗੜੀ ਅਤੇ ਸਰਹੰਦ ਦੇ ਨੀਆਂ ਦੇ ਬੂਹੇ ਅੱਗੇ ਬਿਠਾ ਦਿੱਤਾ, ਉਸ ਬੰਦੇ ਦੀ ਨਜ਼ਮ ਨੇ। ਉਸ ਰਾਤ ਗੁਰਦੇਵ ਦੇਖਦੇ ਨੇ ਸਿੱਖ ਘੋੜਿਆਂ ਦੀਆਂ ਕਾਠੀਆਂ ਦੇ ਸਰਾਣੇ ਨੇ, ਕਈ ਦਿਨਾਂ ਦੇ ਥੱਕੇ ਟੁੱਟੇ ਆ, ਪ੍ਰਸ਼ਾਦਾ ਪਾਣੀ ਨਹੀਂ ਮਿਲਿਆ। ਹਾਲਾਂਕਿ ਚਮਕੌਰ ਗੜੀ ਦੀ ਦਾਸਤਾਨ ਗੁਰਦੇਵ ਜ਼ਫਰਨਾਮੇ 'ਚ ਸ਼ੁਰੂਆਤ ਇਹਦੇ ਤੋਂ ਕਰਦੇ। ਮਹਾਰਾਜ ਕਹਿੰਦੇ ਆ ਗੁਰਸਨਾ ਚੇ ਕਾਰੇ ਕੁਨਦ ਚਿਹਲ ਨਰ, ਕਿ ਦਾ ਲੱਖ ਬਰਾਇਦ ਬਰੋ ਬੇਖਬਰ। ਇਹਨੂੰ ਸਵੀ ਸੈਨਾਪਤ ਨੇ ਸ਼ਬਦ ਵਰਤੇ ਨੇ। ਕਹਿਣ ਲੱਗਾ ਕਹਾਂ ਵੀਰ ਚਾਲੀ ਸ਼ੁਦਾਵੰਤ ਬਾਰੇ, ਕਹਿੰਦਾ ਕਿੱਥੇ ਚਾਲੀ ਵੀਰ ਸ਼ੁਦਾਵੰਤ ਬਾਰੇ ਦਰ ਤੇ, ਜਿਨ੍ਹਾਂ ਨੂੰ ਭੁੱਖ ਲੱਗੀ ਪ੍ਰਸ਼ਾਦਾ ਪਾਣੀ ਉਹਨਾਂ ਕੋਲ ਕਹੇ ਨੇ। ਚਲੋ ਵਿਦਵਾਨਾਂ ਨੇ 10 ਲੱਖ ਨੂੰ ਅਣਗਿਣਤ ਕਿਹਾ, ਕਿਉਂਕਿ ਕਈਆਂ ਨੂੰ ਆਪਣਿਆਂ ਨੂੰ ਸਮੱਸਿਆ ਆ ਜਾਂਦੀ ਹੈ। ਉੱਥੇ ਤਾਂ ਸੈਂਕੜੇ ਕੁ ਬੰਦੇ ਸਨ ਜੀ, ਹੱਥੋ ਹੱਥ ਲੜਾਈ ਹੋਈ, ਸ਼ਾਮ ਤੱਕ ਕੰਮ ਮੁੱਕ ਗਿਆ। ਚੇਤੇ ਰੱਖਿਓ ਕੇਵਲ ਡਰਾਇੰਗ ਰੂਮਾਂ 'ਚ ਬਹਿ ਕੇ ਕਲਮਾਂ ਚਲਾਉਣ ਵਾਲੇ ਨਹੀਂ ਸਨ, ਇਹ ਸੱਚਮੁੱਚ ਲੱਖਾਂ ਦਾ ਮੁਕਾਬਲਾ ਕਰਨ ਵਾਲੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੀ ਸਰਕਾਰ ਨੇ ਉਸ ਰਾਤ ਕਿੰਨੀਆਂ ਕੁ ਬਖਸ਼ਿਸ਼ਾਂ ਵੰਡੀਆਂ। ਖਾਲਸਾ ਜੀ ਅੱਜ ਭੁੱਖਾ ਪਾਣਾ ਸਾਹਿਬ ਨੇ ਕਿਹਾ ਗੁਰਸਨਾ ਚੇ ਕਾਰੇ ਕੁਨਦ ਚਿਹਲ ਨਰ, ਕਿ 10 ਲੱਖ ਬਰਾਇਦ ਬਰੋ ਬੇਖਬਰ। 40 ਉਹ ਸਿੱਖ ਜਿਨ੍ਹਾਂ ਨੂੰ ਪ੍ਰਸ਼ਾਦਾ ਨਹੀਂ ਮਿਲਿਆ, ਅਤੇ ਕਿੰਨੇ ਦਿਨਾਂ ਦਾ ਨਹੀਂ ਮਿਲਿਆ ਖੋਣਾ। ਪਰ ਮਹਾਰਾਜ ਕਹਿੰਦੇ ਨੇ ਬੇਖਬਰ ਅਚਨਚੇਤ, ਸਤਿਗੁਰੂ ਕਹਿੰਦੇ ਨੇ ਕਾਲੀਆਂ ਵਰਦੀਆਂ ਵਾਲੀਆਂ ਕਾਲੀਆਂ ਮੱਖੀਆਂ। ਚਮਕੌਰ ਸਾਹਿਬ ਦੇ 4 ਚਫੇਰੇ ਮੰਡਰਾਣੀਆਂ ਸ਼ੁਰੂ ਹੋ ਗਈਆਂ, ਇਹਦਾ ਮਤਲਬ 4 ਚਫੇਰਾ ਸ਼ਾਹੀ ਫੌਜਾਂ ਨਾਲ, ਸੂਬੇ ਸਰਹੰਦ ਦੀ ਫੌਜਾਂ ਨਾਲ। ਪਰ ਸਤਿਗੁਰੂ ਰਾਤ ਨੂੰ ਆਪਣੇ ਸਿੱਖਾਂ ਨੂੰ ਬੜੀਆਂ ਅਸੀਸਾਂ ਦਿੱਤੀਆਂ। ਅੱਲਾ ਯਾਰ ਖਾਂ ਜੋਗੀ ਨੇ 2 ਸ਼ੇਰ ਸਿੱਖਾਂ ਦੀ ਸਿਫਤ ਵਿੱਚ ਲਿਖੇ ਆ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਫੇ ਕਵੀ ਸਿੰਘੋਂ ਕੇ ਉਠਾਤੇ ਤੇ ਜ਼ਮੀਂ ਸੇ, ਕੇਸ਼ ਉਸਕੇ ਝਾੜੇ ਲਈ ਖਾਕ ਉਸਕੀ ਜ਼ਮੀਂ ਸੇ, ਤਰਤੀਬ ਦੀ ਹਰ ਚੀਜ਼ ਕੋ ਲਾ ਲਾ ਕੇ ਕਹੀਂ ਸੇ, ਸਰ ਠੀਕ ਕੀ ਇਹ ਸਰਕੇ ਹੋਵੇ ਬਾਲ ਸ਼ੀਂਜ਼ੀ ਸੇ, ਹਾਸ਼ਾ ਕਿਸੀ ਮੁਰਸ਼ਦ ਮੇਂ ਯੇ ਅਸਿਆਰ ਨਹੀਂ ਹੈ, ਇਹ ਪਿਆਰ ਕਿਸੀ ਪੀਰ ਮੇਂ ਜ਼ਿਨਹਾਰ ਰਹੀ ਹੈ। ਉਹ ਕਹਿੰਦਾ ਹਜ਼ੂਰ ਸਿੱਖਾਂ ਦੀਆਂ ਕੇਸਾਂ ਨੂੰ ਢੱਕਦੇ ਪਏ ਆ, ਉਹਨਾਂ ਦੇ ਕੇਸਾਂ ਦੇ ਉੱਤੇ ਬਸਤਰ ਬੰਨਦੇ ਪਏ ਆ। ਅਗਲੀ ਗੱਲ ਜਿਹੜੀ ਉਹਨੇ ਕਹੀ ਮੈਂ ਬਾਣੀ 'ਚੋਂ ਇੱਕ 2 ਉਦਾਹਰਨ ਦਿਆਂਗਾ, ਕਿਉਂਕਿ ਇਕੱਲੇ ਉਹਦੇ ਖਿਆਲ ਨਹੀਂ। ਉਹ ਕਹਿੰਦਾ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾਂ ਉਤਰਨਾ, ਕੱਲ ਸਵੇਰੇ ਜਿਨ੍ਹਾਂ ਨੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਣਾ ਹੈ, ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾਂ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇਂ ਮਰਨਾ,
बाली से शहीदों के हुआ जब के गुजरना, चूमा कभी खलकूम, दान चूमने बैठे जब पेंटी आए तो चरण चूमने बैठे। इनू असी जे कि बाणी चो देखिए, जिस दिन गुरुदेव ने अमृत की दात दिती ना, जेड़ा खालसा इतने जूझे, उस वक्त स्वर्ण जाति वाले ने एक शब्द कहा ब्राह्मण ने कि आ लोग, तो मैं पिछले दिन एक बेनती की कि गुरु ने वक् वक् कित्यां वाले वक् वक् खित्यां वाले वक् वक् थावां तो भगत कट्ठे करके उन्हां नूं गुरु ग्रंथ साहिब दे विच विराजमान कर दिता। गुरु गोबिंद सिंह ने वक् वक् खित्यां तो ते वक् वक् कित्यां होयां नूं खंडे बाटे विच मिला के पंथ विच विराजमान कर दिता। यह है बुनियाद गुरु ग्रंथ साहिब का शब्द की। उत्थे शब्द सी की इन्हां नूं इन्ना सन्मान। हुण तुसी गुरु ग्रंथ साहिब का पाठ करो, भाई साहब ने शब्द पढ़ के गया गुणवंती, जो दिसै गुरसिखड़ा तिस निवलन लागू। ये कोई एवं फूक छकाण वास्ते शब्बट नहीं गया कोई? जो दिसै गुर दिस सिखड़ा तिस निवनिव लागू, पाए जियो आखां बिरथा जी की गुर सज्जन दिखे मिलाए जियो। ये भरे हुए भांडे नूं जिहड़ा गुरु नाल अपेद उहनूं कहो सिखा मैं तेरे चरणा च मत्था टेकना, मैनूं एक वारी गुरु नाल मिला दे। कि यह सिख की सिफत नहीं? तुसी सलोक पढ़ दे गुर सतगुर का जो सिख अखाए, उहदे अखीर च महाराज की शब्द वरते कि जन नानक धूड़ मंगे तिस गुर सिख की जो आप जपै अवरै नाम जपा। गुरु साहब कहिंदे गुरसिख की भाणा मन्निया गुरपूरा पार लंघाए, गुरसिखा की हर धूड़ दे खम पापी पी गत पाए। भाई गुरदास साहब जैसा विद्वान वह कहिंदा मेरी खलो मौजड़े गुरसिख हंडांदे, मस्तक लगे साध रेण विडभाग जिन्हां दे गुरमुखो। इत्थे वह गुरसिख सन जिहड़े बख्शिश होए। सतगुरु ने अपनी रचना च कहा कि सेव करी इन्हीं की भावत और की सेव सुहात न जीको, दान दियो इन्हीं को भलो और आन को दान न लागत निको, आगे फलै इन्हीं को दियो जग में जस और दियो सब पीको, मो ग्रह में तन ते मन ते सिर लो तन है सब ही इन्हीं को। हुण इस तुक नूं मैं सिर्फ फिर दोबारा पढ़ांगा। मो ग्रह में मेरे घर विच तन है मेरा, तन है मेरे कोल, जो कुछ मेरे कोल है मैं अपना सिर भी खालसे वास्ते रखे, मैं अपना सिर भी खालसे लिए कुर्बान करा। वह गुरु गोबिंद सिंह इन्हों सिखा क्यों नहीं प्यार करनगे? मो ग्रह मैं तन ते मन ते सिर लो तन कह सब ही इन्हीं को। हजूर सच्चे पातशाह रात गुरसिखा विच विचरदे आ, आए दिन आ गए हूं, पो दी रात है, अत दी सर्दी पैंदी है। वह कहिंदा हजूर अपने लाला कोलों निकले आ, दोनों साहबजादे साहब अजीत सिंह जी साहब जुझार सिंह जी विश्राम विच ने। हजूर ने देखा दोनों लाला नूं, कवि कहिंदा उहदा वलवला सी। वह कहिंदा हजूर ने देख के क्या बेटा आनंदपुर साहब तो चलिया, तुसी चार मेरे नाल सी, क्योंकि बिंदी संतान है हजूर दी। सरसा तक दो रह गए, अज रात तुसी गड़ी विच दोनों सुते हो, कल नूं दादे दे कोल होवोगे, शरीर तुहाडे गड़ी तो बाहर होणगे, मैं तुहाडे शरीरां कोलों लंघदा वी रब दा शुकराना करांगा। थे चार हो अब दो ही, थे चार हो अब दो ही, साहर ये भी ना होंगे, हम सबर करेंगे अगर ये भी ना होंगे। मैं वाहगुरु दा शुकराना करांगा। गुरमुखो कोई है ऐसा मुर्शिद? ते मैं बेनती करनी चाह कथे दे विच, एडा वड्डा समर्थ गुरु, ओदे दित्ते होए ककार, ओदी दित्ती होई अमृत दी दात, असी तरले मार के कहने हो सिखो अमृत छक लो, नहीं प्यारियो सानू कहने नहीं सी चाहिदा। इस गड़ी नू देख के ते नीयां नू देख के ता सिखां नू अपने आप ही गुरु गोबिंद सिंह दे चरणां विच पहुंच जाना चाहिदा सी। रात बतीत होई है, सवेरे दिन चढ़िया, जिदी याद चापा बैठे, अठ पो दा दिन चढ़दा है। इधर शाही फौज भी पहुंच जाती है, सूबा सरहंद सी, दलावर खां सी, ए सारिया का जिक्र किया है कि जफर बेग सी,
ਜਿਹਨੂੰ ਖਵਾਜ਼ਾ ਮਹਿਮੂਦ ਵੀ ਕਿਹਾ, ਨਾਹਰ ਖਾਂ ਸੀ, ਪਹਾੜੀਏ ਰਾਜੇ ਸਨ। ਸਵੇਰੇ ਦਿਨ ਚੜਿਆ, ਸਿੰਘ ਉੱਠੇ, ਹਜ਼ੂਰ ਨੇ ਅੰਮ੍ਰਿਤ ਵੇਲਾ ਆਪਾਂ ਉਸੇ ਤਰ੍ਹਾਂ ਹੀ ਨਿਭਾਇਆ। ਉਹੀ ਸਿਮਰਨ, ਉਹੀ ਪਾਠ, ਉਹੀ ਗੁਰਬਾਣੀ ਦਾ ਸ਼ਬਦ। ਸਵੇਰੇ ਇੱਧਰ ਲੋ ਲੱਗਦੀ ਪਈ ਏ ਤੇ ਦੂਸਰੇ ਪਾਸੇ ਹਜ਼ੂਰ ਗੜੀ ਵਿੱਚ ਆਪਣੇ ਸਿੱਖਾਂ ਨੂੰ ਸੰਬੋਧਨ ਕਰਦੇ ਆ। ਇੱਥੇ ਥੱਲੇ ਤਿਆਰੀ ਹੋ ਰਹੀ ਹੈ। ਇਹ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦਿਆਂ ਹੀ ਪਕੜ ਲਾਂਗੇ ਸੀ, ਨਾ ਖਾਂ ਨਾਰ ਖਾਂ ਵਰਗੇ, ਜ਼ਫਰ ਬੇਗ ਵਰਗੇ, ਇਹ ਕਹਿ ਰਹੇ ਅਸੀਂ ਜਿਉਂਦਿਆਂ ਹੀ ਪਕੜਾਂਗੇ ਗੁਰੂ ਗੋਬਿੰਦ ਸਿੰਘ ਜੀ ਨੂੰ। ਮਹਾਰਾਜ ਚਮਕੌਰ ਦੀ ਗੜੀ 'ਚ ਕਹਿ ਰਿਹਾ, ਖਾਲਸਾ ਜੀ ਅੱਜ ਫੈਸਲਾ ਕੁਨ ਜੰਗ ਹੋਵੇਗੀ। ਪਰ ਸ਼ਬਦ ਜਿਹੜੇ ਵਰਤੇ, ਜੇ ਅੱਜ ਮਰਦਾਂ ਦੀ ਤਰ੍ਹਾਂ ਜੂਝ ਕੇ ਲੜੋਗੇ, ਜੇ ਮਰਦਾਂ ਦੀ ਤਰ੍ਹਾਂ ਸੱਚਮੁੱਚ ਦੁਸ਼ਮਣ ਦਾ ਮੁਕਾਬਲਾ ਕਰੋਗੇ ਤੇ ਕੌਮ ਤ੍ਰੈਕਾਲ ਸਦੀਵ ਕਾਲ ਲਈ ਜਿੰਦੀ ਰਹੇਗੀ। ਜੇ ਅੱਜ ਕਮਜ਼ੋਰੀ ਦਿਖਾਏਗੀ ਤੇ ਚੇਤੇ ਰੱਖਿਓ, ਅੱਜ ਦੀ ਕਮਜ਼ੋਰੀ ਸਦੀਆਂ ਤੱਕ ਸਾਨੂੰ ਮਾਫ ਨਹੀਂ ਕਰੇਗੀ। ਹਜ਼ੂਰ ਨੇ ਕਿਹਾ, ਗੜੀ ਖਾਲਸੇ ਦਾ ਘਰ ਹੈ। ਉੱਥੇ ਇੱਕ ਪੰਧਪਾਂਧੀ ਨਨਕਾਣਕੀ ਸਾਹਿਬ ਨੇ ਚਾਰ ਸਤਰਾਂ ਲਿਖੀਆਂ। ਉਹ ਕਹਿੰਦਾ, ਬਿਫਰੇ ਸਿੱਖਾਂ ਵੱਲ ਦੇਖ ਕੇ ਕਿਹਾ ਕਲਗੀਧਰ ਨੇ, ਇਹ ਚਮਕੌਰ ਹੈ ਰਣ ਪਖਾਣ ਦੀ ਥਾਂ, ਆਹੂ ਲਾ ਕੇ ਮੁਗਲ ਚੁਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ। ਸਿੱਖ ਅੱਗੋਂ ਬੋਲੇ, ਕਲਗੀ ਵਾਲਿਆਂ ਤੇਰੀ ਅਸੀਸ ਲੈ ਕੇ ਅਸੀਂ ਵਾਂਗ ਹਮਾਲਾ ਦੇ ਡਟ ਜਾਂਗੇ, ਅਸੀਂ ਪੰਥ ਗੁਲਾਮ ਨਹੀਂ ਖੋਣ ਦੇਣਾ, ਭਾਵੇਂ ਕੱਟ ਦੇ ਕੱਟ ਜਾਵਾਂਗੇ। ਹਜ਼ੂਰ ਨੇ ਕਿਹਾ, ਇਹ ਨਿਰਣਾ ਹੁਣ ਆਪਾਂ ਕਰਨਾ ਹੈ। ਸਵੇਰੇ ਜਦੋਂ ਸੂਰਜ ਨਿਕਲਿਆ, ਹਜ਼ੂਰ ਨੇ ਜ਼ਫਰਨਾਮੇ 'ਚ ਸ਼ਬਦ ਵਰਤੇ। ਉੱਥੇ ਸਤਿਗੁਰੂ ਜੰਗ ਕਰਨ ਦਾ ਜਦੋਂ ਜ਼ਿਕਰ ਕਰਦੇ ਆ, ਕਹਿੰਦੇ ਆ ਕਿ ਪੇਮਾ ਸ਼ਿਕਨ ਬੇਦ ਰੰਗ ਆਮਦਨ। ਹਜ਼ੂਰ ਕਹਿੰਦੇ ਨੇ, ਕਸਮਾਂ ਚੁੱਕ ਕੇ ਮੁਕਰਨ ਵਾਲੇ ਆਏ ਕਿ ਪੈਮਾ ਸ਼ਿਕਨ ਬੇਦ ਰੰਗ ਆਮਦਨ, ਮਿਆਂ ਤੀਰੋ ਕਮਾ ਆਮਦਨ। ਉੱਥੇ ਹਜ਼ੂਰ ਦਾ ਸ਼ਬਦ ਹੈ, ਬਾ ਲਾਚਾਰਗੀ ਦਾਰ ਮਿਆਂ ਆਮਦਨ, ਬਾ ਤਦਬੀਰ ਏ ਤੀਰੋ ਕਮਾ ਆਮਦਨ। ਪਰ ਇਸ ਲਾਚਾਰਗੀ ਦੇ ਅਰਥ ਕਮਜ਼ੋਰੀ ਨਹੀਂ ਕਰਨੇ, ਕਿਉਂਕਿ ਲਾਚਾਰਗੀ ਲਫ਼ਜ਼ ਸੁਣ ਕੇ ਕਈਆਂ ਨੂੰ ਮੁਸ਼ਕਲ ਹੋ ਜਾਂਦੀ। ਹਜ਼ੂਰ ਕਹਿੰਦੇ ਨੇ, ਮੈਂ ਜੰਗ ਵਿੱਚ ਉਤਰਿਆ ਤੇ ਇੱਥੇ ਸ਼ੇਰ ਕਹਿ, ਚੂੰਕਾਰ ਅਸ ਹਮਾਏ ਖੀਲ ਤੇ ਦਰ ਗੁਜਸ, ਹਾਲਾਲ ਅਸਤ ਬੁਰਦ ਨੇ ਬਾਏ ਸ਼ਮਸ਼ੀਰ ਦਸਤ। ਯਾਦ ਰੱਖੋ, ਸਿੱਖੀ 'ਚ ਸ਼ਹਾਦਤਾਂ ਦੀਆਂ ਦੋ ਧਰਾਵਾਂ ਨੇ, ਇਹ ਵੀ ਇੱਕ ਵਾਰ ਜ਼ਿਕਰ ਕੀਤਾ ਸੀ। ਇੱਕ ਹੈ ਕਿ ਸ਼ਾਂਤਮਈ ਸ਼ਹਾਦਤ, ਸਭ ਕੁਝ ਪਿੰਡੇ ਉੱਤੇ ਖੰਡਾ ਜਾਣਾ, ਅੱਗੋਂ ਸੀ ਵੀ ਨਾ ਕਰਨੀ, ਇਉਂ ਕਹਿ ਲਓ ਸਬਰ ਨਾਲ ਹਟਾ ਜਾਣਾ। ਜਿਹੜੀ ਇਹ ਸ਼ਹਾਦਤਾਂ ਨੇ, ਇਹ ਸਬਰ ਵਾਲੀਆਂ ਨਹੀਂ, ਜਬਰ ਦਾ ਮੁਕਾਬਲਾ ਸ਼ਸਤਰ ਨਾਲ ਕੀਤਾ ਗਿਆ। ਇਹ ਜੁਝਾਰੂ ਸ਼ਹੀਦੀਆਂ ਨੇ, ਇਹ ਜੰਗਜੂ ਸ਼ਹੀਦੀਆਂ ਨੇ, ਇਹ ਹਥਿਆਰਬੰਦ ਸ਼ਹੀਦੀਆਂ ਨੇ। ਹਜ਼ੂਰ ਨੇ ਕਿਹਾ, ਕਸਮ ਕਸਮ ਚੁੱਕ ਕੇ ਤੋੜਨ ਵਾਲੇ ਆ ਤੁਰੇ। ਨਾਹਰ ਖਾਂ ਨੇ ਕਿਹਾ, ਕਿੱਡੀ ਵੱਡੀ ਗੱਲ, ਮੈਂ ਪੌੜੀ ਲਾ ਕੇ ਪਕੜਨਾ। ਜਦੋਂ ਚਮਕੌਰ ਗੜੀ ਵੱਲ ਚੱਲੇ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੱਥੇ 'ਚੋਂ ਤੀਰ ਕੱਢਿਆ। ਚੋਜੀ ਪ੍ਰੀਤਮ ਨੇ ਇੱਕ ਤੀਰ ਦੇ ਨਾਲ ਸਮੇਤ ਪੌੜੀ ਦੇ ਇਹੋ ਜਿਹਾ ਨਕਾਨ ਨਿਸ਼ਾਨਾ ਸਿਰੇ ਦਾ ਲਾਇਆ, ਉਹ ਘੁੰਮਣ ਘੇਰੀ ਖਾਂਦਾ ਹੋਇਆ ਜ਼ਮੀਨ 'ਤੇ ਡਿੱਗਿਆ, ਜਿਹਨੂੰ ਜ਼ਫਰ ਬੇਗ ਖਵਾਜਾ ਮਹਿਮੂਦ ਕਿਹਾ। ਸਤਿਗੁਰੂ ਨੇ ਮਰਦੂਦ ਵਰਤਿਆ ਸ਼ਬਦ ਤੇ ਜ਼ਫਰਨਾਮੇ 'ਚ ਕਿਹਾ ਕਿ ਆ ਖਵਾਜਾ ਮਰਦੂਦ ਦੇ ਸਾਇਆ ਦੀਵਾਰ। ਸਤਿਗੁਰੂ ਕਹਿੰਦੇ ਨੇ, ਉਹ ਦੀਵਾਰ ਦੇ ਸਾਏ ਦੇ ਥੱਲੇ ਸਿਰ ਝੁਕਾ ਕੇ ਚਲਾ ਗਿਆ। ਦਰੇਗਾ ਅਗਰ ਰੂਵੇ ਆ ਦੀਦਮੰਗ, ਬਾ ਯੱਕ ਤੀਰ ਲਾਚਾਰ ਬਖਸ਼ੀਦਮੰਗ। ਜੇ ਮੈਨੂੰ ਉਹਦਾ ਸਿਰ ਦਿਸ ਪੈਂਦਾ, ਇੱਕ ਤੀਰ ਮੈਂ ਖਵਾਜਾ ਮਹਿਮੂਦ ਨੂੰ ਵੀ ਬਖਸ਼ ਦੇਣਾ ਸੀ। ਜਦੋਂ ਇਹ ਜਰਨੈਲ ਡਿੱਗਦੇ ਦੇਖੇ, ਇਹਨਾਂ ਨੇ ਕਿਹਾ, ਗੜੀ 'ਤੇ ਖੱਲਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਫਿਰ ਥਾਪੜਾ ਦੇ ਕੇ ਪੰਜਾਂ ਸਿੰਘਾਂ ਦਾ ਜਥਾ ਤੋਰਨਾ ਸ਼ੁਰੂ ਕੀਤਾ। ਸਤਿਗੁਰੂ ਨੇ ਬਸ ਅਸੀਸਾਂ ਦਿੱਤੀਆਂ। ਸਿਆਲਾ ਦਿਨ ਸੀ, ਠੰਡੀਆਂ ਰਾਤਾਂ ਸਨ ਅਤੇ ਦਿਨ ਬਿਲਕੁਲ ਛੋਟੇ ਸਨ। ਸਿੱਖ ਉਤਰਦੇ ਨੇ, ਜਿੱਥੇ ਤੁਸੀਂ ਅਸੀਂ ਬੈਠੇ ਹਾਂ ਸੱਚਮੁੱਚ। ਇੱਥੇ ਫਿਰ ਉਹ ਅਰਥ ਕਰਦੇ ਆ ਕਿ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਇਸ ਰਣ ਤੱਤੇ ਵਿੱਚ ਜੂਝਦੇ ਆ। 17 ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਵਿਦਵਾਨ ਕਹਿੰਦੇ ਆ, ਇਹ ਜ਼ਿਕਰ ਕਈਆਂ ਨੇ ਕੀਤਾ, ਹਜ਼ੂਰ ਨੂੰ ਕਿਹਾ, ਮਹਾਰਾਜ ਇਹ ਰਣ ਭਖਿਆ, ਇੱਕ ਕਿਰਪਾ ਕਰੋ,
ਤੁਸੀਂ ਆਪਣੇ ਲਾਲਾ ਨੂੰ ਮਹਿਫੂਜ਼ ਜਗ੍ਹਾ 'ਤੇ ਲੈ ਜਾਓ। ਵਿਦਵਾਨ ਕੀ ਜ਼ਿਕਰ ਕਰਦੇ ਆ, ਹਜ਼ੂਰ ਨੇ ਉਸ ਵਕਤ ਪਿਆਰੇ ਭਾਈ ਦਇਆ ਸਿੰਘ ਵੱਲ ਦੇਖਿਆ ਅਤੇ ਮੈਂ ਅਰਜ਼ ਕੀਤੀ ਸੀ ਕਿੱਡਾ ਵੱਡਾ ਮਾਣ ਹੋਵੇਗਾ ਉਸ ਵਕਤ ਖਾਲਸੇ ਦਾ, ਅਤੇ ਖਾਲਸਾ ਕਿੰਨਾ ਕੁ ਗੁਰੂ ਗੋਬਿੰਦ ਸਿੰਘ ਤੋਂ ਫਿਦਾ ਹੋਣ ਲਈ ਇੱਕੋਦਮ ਤਿਆਰ ਹੋਇਆ ਹੋਵੇਗਾ, ਜਦੋਂ ਮੋਢੇ 'ਤੇ ਹੱਥ ਰੱਖ ਕੇ ਕਿਹਾ ਖਾਲਸਾ ਜੀ ਮੈਂ ਪੁੱਤਰਾਂ ਵਿੱਚ ਅਤੇ ਤੁਹਾਡੇ ਵਿੱਚ ਕਦੀ ਫਰਕ ਨਹੀਂ ਜਾਣਿਆ, ਕੀ ਤੁਸੀਂ ਮੇਰੇ ਪੁੱਤਰ ਨਹੀਂ? ਹਜ਼ੂਰ ਖਾਂ ਤੇਰੇ ਪੁੱਤਰ ਖਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਸ਼ਬਦ ਸੁਣਦੀ ਦੇਰ ਸੀ ਸਾਹਿਬ ਅਜੀਤ ਸਿੰਘ ਜੀ ਦਾਤਾਰ ਦੇ ਸਾਹਮਣੇ ਆ ਗਏ, ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰੋ, ਬਖਸ਼ਿਸ਼ ਕਰੋ, ਮੈਦਾਨੇ ਜੰਗ ਵਿੱਚ ਜੂਝਣ ਦੀ ਤਾਕਤ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰ ਨੂੰ ਨੀਜ ਨਾਲ ਦੇਖਿਆ, ਇਹਨੂੰ ਮੋਹ ਦੇ ਵਿੱਚ ਨਾ ਲੈ ਕੇ ਜਾਇਓ, ਇਹ ਬਖਸ਼ਿਸ਼ ਹੈ ਇਸ ਧਰਤੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ। ਪੁੱਤ ਨੂੰ ਨੀਜ ਨਾਲ ਦੇਖਿਆ, ਤੋਰਿਆ ਹਜ਼ੂਰ ਨੇ, ਅਤੇ ਤੋਰਦਿਆਂ ਹੋਇਆਂ ਥਾਪੜਾ ਦੇ ਕੇ ਜਦੋਂ ਗੜੀ ਦਾ ਦਰਵਾਜ਼ਾ ਖੋਲ੍ਹਿਆ ਇਹ ਸ਼ਬਦ ਕਹਿ ਸਨ, ਮੇਰੇ ਪੁੱਤਰ ਤੇਰਾ ਨਾਮ ਅਜੀਤ ਹੈ। ਇਹ ਜਿਹੜੀਆਂ ਸਤਰਾਂ ਪੜ੍ਹਨ ਲੱਗਾ ਇਹ ਅਬਦੁਲ ਗਨੀ ਦੀਆਂ ਨੇ, ਇਹ ਅੱਲਾ ਯਾਰ ਖਾਂ ਜੋਗੀ ਦੀਆਂ ਨੇ, ਉਹਦੀ ਇੱਕ ਨਜ਼ਮ ਹੈ, ਇਹ ਵੀ ਮੁਸਲਮਾਨ ਨੇ ਜੋਰੇ ਤੇਗ। ਹਜ਼ੂਰ ਨੇ ਕਿਹਾ ਤੇਰਾ ਨਾਮ ਅਜੀਤ ਹੈ, ਸਮਝ ਗਿਆ ਦਾਤਾਰ ਖਾਂ, ਉਸ ਬੱਚੇ ਦਾ ਪੁੱਤਰ ਦਾ ਉੱਤਰ ਸੀ ਦਾਤਾ, ਜੇ ਨਾਮ ਅਜੀਤ ਰੱਖਿਆ ਹੈ ਤੇ ਤੇਰੇ ਪੁੱਤਰ ਨੂੰ ਜਿੱਤ ਵੀ ਕੋਈ ਨਹੀਂ ਸਕਦਾ, ਮੌਤ ਨੂੰ ਵਰਾਂਗਾ ਪਰ ਦੁਸ਼ਮਣ ਕੋਈ ਮੈਨੂੰ ਜਿੱਤ ਨਹੀਂ ਸਕੇਗਾ। ਇਹ ਸਤਰਾਂ ਸਾਰੇ ਪੜ੍ਹਨੇ ਆ, ਨਾਮ ਕਾ ਅਜੀਤ ਖੂੰ ਜੀਤਾ ਨਾ ਜਾਊਂਗਾ। ਸਤਿਗੁਰੂ ਨੇ ਲਾਲਾਂ ਦੇ ਨਾਮ ਹੀ ਕਿੱਡੀ ਚੜ੍ਹਦੀ ਕਲਾ ਵਾਲੇ ਰੱਖੇ, ਨਾਮ ਕਾ ਅਜੀਤ ਖੂੰ ਜੀਤਾ ਨਾ ਜਾਊਂਗਾ, ਜੀਤਾ ਤੋਂ ਖੈਰ ਹਾਰ ਕੇ ਜੀਤਾ ਨਾ ਆਊਂਗਾ। ਸਤਿਗੁਰੂ ਨੇ ਸਾਹਿਬਜ਼ਾਦਾ ਜੀ ਨੂੰ ਤੋਰਿਆ। ਗਿਆਨੀ ਗਿਆਨ ਸਿੰਘ ਲਿਖਦੇ ਨੇ ਕਲਗੀ ਝੂਲਦੀ ਸੀ, ਸੂਰਜ ਅਸਤ ਹੁੰਦਾ ਪਿਆ ਇਸ ਪਾਸੇ, ਤੇ ਸੂਰਜ ਦੀਆਂ ਕਿਰਨਾਂ ਸਾਹਿਬਜ਼ਾਦੇ ਦੇ ਚਿਹਰੇ ਤੇ ਪੈਂਦੀਆਂ ਨੇ, ਇੱਕ ਸੂਰਜ ਦੀ ਲਾਲੀ, ਦੂਜੀ ਗੁਰੂ ਦੀ ਥਾਪੜਾ, ਪਿਤਾ ਦੀ ਥਾਪੜਾ, ਤੇ ਤੀਜਾ ਤੇਰੇ ਚਿਹਰੇ ਦਾ ਜਲਾਲ। ਬਹਾਦਰ ਸੂਰਮਾ ਜਿੱਧਰ ਜਾਂਦਾ ਸੀ ਸੱਚ ਇਵੇਂ ਕਿ ਸੱਤਰ ਹੀ ਵਿਛਾਈ ਜਾਂਦਾ ਸੀ। ਉਹਨਾਂ ਆਪਣੇ ਪੱਥੇ ਦੇ ਤੀਰ ਵਰਤੇ, ਸਤਿਗੁਰੂ ਉੱਤੋਂ ਤੀਰਾਂ ਦੀ ਛਾਂ ਥੱਲੇ ਪੁੱਤਰ ਨੂੰ ਅੱਗੇ ਲਿਜਾ ਰਹੇ ਨੇ, ਆਵਾਜ਼ ਦਿੰਦੇ ਨੇ ਬੇਟਾ ਹੋਰ ਅੱਗੇ। ਬਾਬਾ ਜੀ ਦੇ ਪੱਥੇ ਦੇ ਤੀਰ ਮੁੱਕੇ, ਗਿਣਤੀ ਕਿੰਨੀ ਕੁ ਸੀ? ਉਹਨਾਂ ਨੇਜਾ ਪਕੜਿਆ। ਕਵੀ ਸੈਨਾਪਤ ਕਹਿੰਦਾ ਉਹਨੇ ਉਹਨਾਂ ਨੇ ਨੇਜੇ ਨਾਲ ਕਈਆਂ ਨੂੰ ਪਰੋਇਆ, ਅਖੀਰ ਤੇ ਇੱਕ ਦੇ ਸੀਨੇ 'ਚ ਨੇਜਾ ਵੱਜਾ, ਉਹਦੀ ਅੱਗੋਂ ਅਣੀ ਮੁੜਦੀ ਹੈ, ਨੇਜਾ ਪੱਟਿਆ ਨਹੀਂ, ਆਪਣੇ ਕਿਰਪਾਨ ਜਿਹੜੀ ਗਾਤਰੇ ਸੀ ਮਿਆਨ ਵਿੱਚੋਂ ਕੱਢੀ, ਰਣ ਤੱਤੇ ਵਿੱਚ ਜੂਝਣ ਲੱਗ ਪਏ। ਨਾਲ ਜਿਹੜੇ ਸਿੰਘ ਸਨ ਉਹ ਖੱਬੇ ਸੱਜੇ ਸਨ, ਅੱਗੇ ਤੋਰੇ ਸਿੰਘ ਸ਼ਹੀਦ ਹੋ ਗਏ। ਬਾਬਾ ਅਜੀਤ ਸਿੰਘ ਦੇ ਸੀਨੇ ਦੇ ਵਿੱਚ ਤੀਰ ਵੱਜੇ। ਮੈਂ ਕਈ ਵਾਰੀ ਸ਼ਬਦ ਕਹਿੰਦਾ, ਚਲੋ ਸਾਡੇ ਕੋਲ ਅਸਲ 'ਚ ਸੱਚ ਇਹ ਜੇ ਭਾਈ ਸਾਹਿਬ ਬੈਠੇ ਨੇ, ਸਾਡੇ ਕੋਲ ਸਮਾਚਾਰ ਕੋਈ ਨਹੀਂ ਇੰਨੇ, ਉਹਨਾਂ ਘੱਟ ਨਹੀਂ ਕੀਤੀ ਹੋਣੀ ਜਦੋਂ ਸਾਹਿਬਜ਼ਾਦਾ ਜ਼ਮੀਨ 'ਤੇ ਡਿੱਗੇ ਹੋਣਗੇ। ਹਰ ਬੰਦੇ ਨੇ ਅੱਗੇ ਵੱਧ ਕੇ ਵਾਰ ਕੀਤਾ ਹੋਵੇਗਾ, ਕਿਸੇ ਨੇ ਤੀਰ ਮਾਰਿਆ ਹੋਣਾ, ਕਿਸੇ ਨੇ ਨੇਜਾ ਮਾਰਿਆ ਹੋਣਾ, ਕਿਸੇ ਨੇ ਕਟਾਰ ਮਾਰੀ ਹੋਵੇਗੀ, ਹਰ ਬੰਦੇ ਨੇ ਆਪਣਾ ਚਾਹ ਲਾਇਆ ਹੋਣਾ। ਜਦੋਂ ਸਾਹਿਬਜ਼ਾਦਾ ਜੀ ਖੂਨ ਨਾਲ ਲੱਤ ਪੱਤ ਹੋ ਕੇ ਜ਼ਮੀਨ 'ਤੇ ਡਿੱਗੇ ਅਤੇ ਗੜੀ ਵਿੱਚੋਂ ਜਿਵੇਂ ਬੱਦਲ ਗੱਜਿਆ ਹੈ, ਸੱਚ ਇਵੇ ਸਾਰਾ ਆਕਾਸ਼ ਗੂੰਜ ਉੱਠਿਆ। ਉਸ ਗੜੀ ਵਿੱਚੋਂ ਆਵਾਜ਼ ਆਈ, ਸ਼ਾਬਾਸ਼ ਪਿਸਰ, ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬਣੇ ਹੋ। ਬਸ ਇਹ ਆਵਾਜ਼ ਨੇ ਕਮਾ ਦਿੱਤਾ ਸਭ ਨੂੰ, ਸ਼ਾਬਾਸ਼ ਮੇਰੇ ਪੁੱਤਰ ਤੂੰ ਦਲੇਰੀ ਲੜਿਆ ਹੈ, ਹਾਂ ਕਿਉਂ ਨਾ ਲੜਿਆ, ਤੂੰ ਮੇਰਾ ਆਖਰ ਵੱਡਾ ਪੁੱਤਰ ਹੈ। ਸਾਹਿਬਜ਼ਾਦਾ ਦੀ ਸ਼ਹੀਦ ਹੋ ਗਏ। ਗੜੀ ਵਿੱਚ ਇੱਕ ਵਕਤ ਖਮੋਸ਼ੀ ਛਾ ਗਈ। ਯਾਦ ਰੱਖਿਓ ਜਿਹੜੇ ਕੋਲ ਨੇ ਉਹ ਸਿੱਖ ਨੇ, ਇਹ ਕੋਈ ਫਿਲਮ ਥੋੜ੍ਹਾ ਸੀ ਵੀ ਐਕਟਰ ਨੇ ਪਰਤ ਕੇ ਉੱਠ ਪੈਣਾ। ਉਹਨਾਂ ਸਿੱਖਾਂ ਦੇ ਮਨ 'ਚ ਕੀ ਹਵਾਲੇ ਉੱਠੇ ਹੋਣਗੇ, ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਹੁਣੇ ਭਾਈ ਸਾਹਿਬ ਗੀਤਾ ਦਾ ਜ਼ਿਕਰ ਕੀਤਾ, ਉਹ ਪੂਰਾ ਸ਼ੇਰ ਹੈ ਕਿ ਲਕਸ਼ਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਕਰ ਥਾ, ਸੀਤਾ ਸੀ ਪਤੀ ਵਰਤਾ ਬਿਨ ਰਾਮ ਕੋ ਗਰ ਥਾ,
बाकी हैं कन्हैया ना उनका पिसरता, सच है गुरु गोविंद का रुतबा ही दिगरता। दिगर लफज फारसी च वड्डा, सच है गुरु गोविंद का रुतबा ही दिगरता। कटा दिए शिष्य शाम ने गीता को सुनाकर, रूह फूक दी गोविंद ने अपनी औलाद कटाकर। साहबजादा जी शहीद हो गए, इकोदम खामोशी छा गई। बाबा जुझार सिंह जी पिता जी के सन्मुख आए, पिता के चेहरे नूं देखिया। कथा करनी बहुत सौखी है, मैं इन्नी भी तुहानू कि इमोशन कर ली। याद रखियो इस गड़ी इस चमकौर विच किते बिरहा दा एक अथरू भी तुहाडा डिग पिया, गुरु गोबिंद सिंह तुहाडे सारे गुनाह बख्श देगा, क्योंकि अथरू निकलदी पिघलन दे नाल है। जदों दरिया भर के वगदा है, ओवरफ्लो हुंदा है, ते किनारियां दी मैल भी रोड़ के लै जांदा है, जदों सिख दा सीना गुरु गोबिंद सिंह दे बिरह विच हुंदा है, सिख दे औगणां नूं रोड़ के लै जांदा है। बाबा जुझार सिंह पिता जी दे चेहरे नूं देखिया, हजूर ने लाल नूं देखिया, कहन लगे पिता जी। हजूर ने कहा, हां जुझार बेटा दसो, भाई से बिछड़ कर हमें जीना नहीं आता, खाना नहीं सोना नहीं पीना नहीं भाता, फिर तो बिछड़ के किवें रह सकने का, मैनू असीस दियो। शीतल साहब ने एक गल बड़ी सुनी इत्थे कही, वह कहिंदे ने उस ढाडी दे अपने ख्याल लियो, कहिंदे ने हजूर ने दोनों हाथ मोढ़े ते रख के कहा, शाबाश मेरे बच्चे, जे तेनू मैं आवाज मार के बुलांदा ते कमजोरी आउणी सी, तू खुद अपने आप नू पेश कीता। ओ शब्द गड़ी च कहे, जदों भी कौम ते मुसीबत बढ़ेगी, तेरे वर्गे नौजवान बिना आवाज मारिया भी सिर तली ते रख के मैदान में आउणगे। ये सच है, ये झूठ नहीं, ते मैं इन्ना निराश नहीं हुंदा। मैं कहना सच है, वे गुरु गोबिंद सिंह दा जिहड़ी बख्शिश कहे, वह पता नहीं किदे पेठ उत्ते थापड़ा रख के उन्हें कौम की सेवा लै जाएंगे, जिदे बारे सोच भी नहीं सकते कभी, वह किसी जथेबंदी चो नहीं हो सकता। हजूर ने कहा, हां लाल मैं तेन तोरांगा, इत्थे मैं तीन चार शेर जरूर सुनाने ने, अल्लाह यार खां जोगी ने छोटे साहबजादे प्रति जिहड़ा करुणा रस भरिया है तो कविता दा रस ही ना। भाई से बिछड़ कर हमें जीना नहीं आता, खाना नहीं पीना सोना नहीं बाता। हजूर ने कहा, हां बेटा हमने ही कहा था बाप को जान दीजे धर्म पर, लोग कहते हैं अब आपको जान दीजे धर्म पर। बेटा 9 साल दा सा जिदन पुत्र सा उदन पिता नूं कहा सी इन्हां दे अथरू पूंज, अज पिता बनया वा तू मेरे सामने पुत्र बन के, अज मैं पुत्र नूं तोरना पिया। कोई है तवारीख कि पुत्र बन के पिता नूं तोरिया ते पिता बन के पुत्रां नूं तोरिया। हजूर कहिंदे ने हमने ही कहा था बाप को जां दीजे धर्म पर, लो कहते हैं अब आपको जां दीजे धर्म पर। लो आओ तन पाक पे हथियार सजा दे, छोटी सी कमां नन्नी सी तलवार सजा दे। बेटा आ मैं तेरे ते शरीर ते शिंगार करां, की शिंगार कीता खालसा जी, शब्द क्या। अपने कमर कस्से चो हजूर ने खंजर कढ़िया, साहबजादा जी दे कमर कस्से च ला दिता। कहन लगे, बेटा हम देते हैं खंजर इसे शमशीर समझना, नेजों की जगह दादा का तुम तीर समझना, जितने मरे इसे उन्हें बेपीर समझना, जख्म आए तो रोना नहीं दलगीर समझना। कल्ला खंजर चलाण वास्ते नहीं, खंजर खाण वास्ते मैं तेन तोरन लगा। जदों तेरे सीने विच तेरे तन च खंजर लगे, रोना नहीं दलगीर समझना। आ है गुरु दे पुत्र दा शिंगार, हम देते हैं खंजर इसे शमशीर समझना, नेजों की जगह दादा का तुम तीर समझना, जितने मरे इससे उन्हें बेपीर समझना, जख्म आए तो रोना नहीं दलगीर समझना, जब तीर कलेजे में लगे सी नहीं करना। दसो भाई सिखो केड़ा प्यो वे जड़ा ये कहिंदा होवे, मैं वेखांगा तेरी छाती विच वजदी कोई बरशी। मैं एक दिन कहा सी
ਕਿ ਬੱਚੇ ਨੂੰ ਇੰਜੈਕਸ਼ਨ ਲਵਾਉਣਾ ਹੋਵੇ, ਇਹ ਵੀ ਪਤਾ ਇਹਨੇ ਬਚ ਜਾਣਾ। ਮਾਂ ਸੱਚਮੁੱਚ ਆਪਣਾ ਨਿਆਣਾ ਦੂਜੇ ਨੂੰ ਪਕੜਾ ਦਿੰਦੀ ਹੈ, ਉਹਨੂੰ ਨਿਆਣੇ ਦੀ ਸੂਈ ਲੱਗਦੀ ਨਹੀਂ, ਬਰਦਾਸ਼ਤ ਹੁੰਦੀ। ਮੇਰੇ ਸਤਿਗੁਰੂ ਤੇਰੇ ਜਿਗਰੇ ਦੀ ਕੀ ਸਿਫਤ ਕਰਾਂ, ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਂ ਕਭੀ ਨਹੀਂ ਉਚਰਨਾ। ਸ਼ਬਦ ਵਰਤੇ ਲੋ ਜਾਓ ਸੁਧਾਰੋ, ਤੁਮੇ ਅੱਲਾਹ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਕੀਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਮੇਰੇ ਪੁੱਤਰ ਤੈਨੂੰ ਸ਼ਹਾਦਤ ਦਾ ਜਾਮ ਮਿਲੇ। ਸੱਚ ਮੈਂ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਤੇਰੇ ਪਰਿਵਾਰ ਦੀ ਕੋਈ ਸ਼ਬਦ ਲਿਆਓ ਕਿ ਸੱਚ ਇਵੇਂ ਕਥਾ ਦੇ ਕਲਮ ਦੇ ਸ਼ਬਦ ਮਰ ਜਾਂਦੇ ਨੇ। ਜਦੋਂ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੇ ਘਰ ਦੀ ਗੱਲ ਚੱਲਦੀ, ਉਹ ਵੇਖੋ ਗੜੀ 'ਤੇ ਖਲੋਤਾ ਬਾਪੂ ਇਹ ਕਹਿੰਦਾ ਪਿਆ ਕਿ ਮੈਂ ਦੇਖਾਂਗਾ ਤੇਰੇ ਸੀਨੇ 'ਚ ਵੱਜਦੇ ਹੋਏ ਤੀਰ, ਅਤੇ ਬੁਰਜ 'ਤੇ ਖਲੋਤੀ ਦਾਦੀ ਕਹਿੰਦੀ ਮੇਰੇ ਬੱਚਿਓ ਮੈਂ ਜੀਵਾ ਖੁੰਦੀ ਦੇਖਾਂਗੀ ਤੁਹਾਨੂੰ, ਪਰ ਚੇਤੇ ਰੱਖਿਓ ਦਾਦੇ ਦੀ ਪੱਗ ਨੂੰ ਕਦੀ ਨਾ ਭੁੱਲਿਓ। ਉਹ ਗੜੀ 'ਚ ਖਲੋਤਾ, ਉਹ ਬੁਰਜ 'ਤੇ ਖਲੋਤੀ, ਉਹ ਪੁੱਤਰਾਂ ਨੂੰ ਦੇਖ ਰਿਹਾ, ਉਹ ਪੋਤਿਆਂ ਨੂੰ ਦੇਖ ਰਹੀ ਹੈ। ਕੋਈ ਨਹੀਂ ਦੁਨੀਆਂ 'ਚ ਐਸੀ ਮਿਸਾਲ। ਹਜ਼ੂਰ ਸ਼ਬਦ ਵਰਦੇ ਆ, ਕਹਿਣ ਲੱਗੇ ਬੇਟਾ ਕਿ ਦੇਖ ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਬੇਟਾ ਪਿਛਾਂ ਪਰਤ ਕੇ ਦੇਖਿਆ, ਹਜ਼ੂਰ ਪਿਤਾ ਜੀ ਹੁਕਮ, ਜੁਝਾਰ ਸਿੰਘ ਜੀ ਪਿਤਾ ਜੀ ਹੁਕਮ, ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਜਰਮ ਕੀ ਚੱਲੇ ਨਹੀਂ। ਮੈਂ ਕਹਿੰਦਾ ਜਦੋਂ ਤੋਰਿਆ ਹੋਵੇਗਾ ਭਾਈ ਦਇਆ ਸਿੰਘ ਦੀਆਂ ਅੱਖਾਂ ਨਹੀਂ ਭਰੀਆਂ ਹੋਣੀਆਂ, ਭਾਈ ਧਰਮ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ, ਭਾਈ ਮਾਨ ਸਿੰਘ, ਕਹਿਣਾ ਸੌਖਾ ਜੀ, ਜਦੋਂ ਤੋਰਿਆ ਹੋਵੇਗਾ ਮੇਰੇ ਲਾਲ ਤੂੰ ਜਾ ਸਿੱਖਾਂ ਨੂੰ ਕੋਲ ਬਚਾ ਲਿਆ। ਮੈਂ ਇਹਨੂੰ ਵੈਣ ਕਲਪਨਾ ਇਹਨੂੰ ਮੈਂ ਸਮਝਣਾ ਵੀ ਰੋਣਾ ਇਹ ਤੇ ਕਮਜ਼ੋਰੀ ਨਹੀਂ, ਆਖਰ ਬਿਰਹਾ ਕੋਈ ਚੀਜ਼ ਹੈ। ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ, ਤੁਸੀਂ ਤਾਂ ਪੜ੍ਹਦੇ ਹੋ ਰੋਵਾਂ ਝੀਣੀ ਬਾਣ, ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਇਹਨੂੰ ਕਮਜ਼ੋਰੀ ਨਾ ਸਮਝਿਓ। ਉਹਨਾਂ ਸਿੱਖਾਂ ਦੇ ਚਿਹਰੇ ਕਿਸ ਤਰ੍ਹਾਂ ਹੋਣਗੇ। ਮੇਰਾ ਅੰਦਰ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੱਲ ਦੇਖ ਕੇ ਕਹਿੰਦੇ ਹੋਣਗੇ ਸਤਿਗੁਰੂ ਟੁਕੜੇ ਟੁਕੜੇ ਕਰਕੇ ਤੇਰੇ ਚਰਨਾਂ ਦੀਆਂ ਤਲੀਆਂ ਵਿੱਚ ਵਿਛਾ ਦਈਏ, ਤੇਰੇ ਜੈਸਾ ਕੋਈ ਵੀ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਤੋਰਦਿਆਂ ਕਹਿੰਦੇ ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਸਿਖਵਈਆਂ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚੱਲੇ ਨਈਆ, ਲੈ ਦੇਖ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਮੇਰੇ ਪਰਿਵਾਰ ਦੇ ਜੀਆਂ ਵਿੱਚੋਂ ਸਿਰਫ ਤੂੰ ਮੇਰੇ ਨਾਲ, ਲੈ ਦੇਖ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਹੋ ਰਾਹ ਤਖਤੇ ਆ ਖਲਦ ਮੇ ਭਈਆ। ਖਲਦ ਵੈਸੇ ਲਫ਼ਜ ਸਵਰਗ ਵੀ ਸ਼ਿਦ ਕਹਿੰਦੇ ਆ, ਇਹਦਾ ਮਤਲਬ ਇਹ ਕਰਾਂਗੇ ਕਿ ਤੇਰਾ ਵੱਡਾ ਵੀਰ ਤੇਰੀ ਇੰਤਜ਼ਾਰ ਕਰ ਲਿਆ ਤੈਨੂੰ ਰੁਲਾਉਣ ਲਈ। ਅਰਾ ਤਖਤੇ ਆ ਖੁਲਦ ਮੇ ਭਈਆ, ਅਗਲਾ ਸ਼ਬਦ ਖਵਾਹਿਸ਼ ਖੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ। ਬੜੀ ਵਾਰੀ ਤੁਸੀਂ ਗਤਕੇ ਚ ਤੇਗ ਚਲਾਈ, ਖਵਾਹਿਸ਼ ਖੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਸੂਰਜ ਢਲ ਰਿਹਾ ਸੀ, ਸਾਹਿਬ ਜੁਝਾਰ ਸਿੰਘ ਜੀ ਦਰਵਾਜ਼ੇ 'ਚੋਂ ਬਾਹਰ ਨਿਕਲੇ ਗੜੀ 'ਚੋਂ। ਕਲਗੀ ਝੂਲਦੀ ਹੈ ਗੁਰੂ ਗੋਬਿੰਦ ਸਿੰਘ ਦੇ ਲਾਲ ਦੀ ਬਿਜਲੀ ਦੀ ਤਰ੍ਹਾਂ, ਇੱਕੋ ਦਮ ਰੰਨ ਤੱਤੇ ਵੀ ਜਾ ਪਹੁੰਚੇ। ਕਿੰਨੀ ਕੁ ਉਮਰ ਹੈ, ਕੋਈ ਯੁੱਧ ਵਿੱਚ ਲੜਨ ਦੀ? ਅਤੇ ਮੈਂ ਇੱਕ ਦਿਨ ਕਿਹਾ ਸੀ ਸਿੱਖੋ ਸਾਡੇ ਕੋਲ ਜਿੱਡਾ ਵੱਡਾ ਖਜ਼ਾਨਾ ਹੈ, ਇੰਨੀ ਵੱਡੀ ਗੱਲ ਅਸੀਂ ਨਹੀਂ ਕਰ ਸਕਦੇ, ਨਹੀਂ ਕਰ ਸਕੇ, ਬਿਲਕੁਲ ਝੂਠ ਹੈ। ਬਾਬਾ ਬੰਦਾ ਸਿੰਘ ਬਹਾਦਰ ਸਿਰਫ ਇੱਕ ਮਹੀਨਾ ਗੁਰੂ ਗੋਬਿੰਦ ਸਿੰਘ ਦੇ ਕੋਲ ਰਿਹਾ, ਸਿਰਫ ਇੱਕ ਮਹੀਨਾ, ਤਵਾਰੀਖ ਪੜ੍ਹੋ। ਜਦੋਂ ਉਹ ਸੋਨੀਪਤ ਦੇ ਨੇੜੇ ਆਉਂਦਾ, ਡਾਕਟਰ ਪਦਮ ਕਹਿੰਦਾ ਉਹ ਸਿਰਫ ਦੋ ਗੱਲਾਂ ਕਹਿੰਦਾ ਸੀ ਖਾਰੀ ਇਕੱਠ ਵਿੱਚ, ਉਹ ਦੋ ਗੱਲਾਂ ਮੈਂ ਕਹਿੰਦਾ ਵੀ ਕਮਾਲ ਕਰ ਦਿੱਤੀ। ਉਹ ਦੋ ਗੱਲਾਂ ਸਨ
ਪੰਜਾਬ ਦੇ ਵਸਨੀਕੋ ਮੇਰਾ ਸਾਥ ਦਿਓ, ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਆਵਾਜ਼ਾਂ ਮਾਰਦੀਆਂ ਨੇ, ਸਾਡਾ ਕੋਈ ਹੋਵੇਗਾ ਤੇ ਟੱਕਰ ਲੈਗਾ, ਮੇਰਾ ਸਾਥ ਦਿਓ, ਮੈਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਪੰਜਾਬ ਉੱਠ ਪਿਆ। ਦੁੱਖ ਇਸ ਚੀਜ਼ ਦਾ, ਮੈਂ ਇੱਕ ਵਾਰ ਕਿਹਾ, ਬੇਨਤੀ ਕੀਤੀ ਸੀ ਕਿਤਾਬਾਂ 'ਚ ਕਿ ਸਿਕੰਦਰ ਦੀ ਸਾਰੇ ਸੁਣਾਉਂਦੇ ਆ, ਜਿਹੜਾ ਹਾਰ ਗਿਆ ਉਹਦਾ ਜ਼ਿਕਰ ਕਰਦੇ ਆ, ਪਾਣੀਪਤ ਦੀ ਲੜਾਈ ਉਹ ਜਿੱਥੇ ਮਾਰ ਖਾਧੀ, ਉਹਦੇ ਹਾਰਨ ਦਾ ਤਵਾਰੀਖ ਪਾਠਾਂ ਵਿੱਚ ਲਾ ਦਿੱਤੀ, ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਕਿਸੇ ਨੇ ਪੜ੍ਹਾਇਆ ਹੀ ਨਹੀਂ ਕਿ 700 ਸਾਲ ਦਾ ਮੁਗਲੀ ਰਾਜ, ਇਸਲਾਮ ਦਾ ਰਾਜ, ਉਹਦੀਆਂ ਜੜ੍ਹਾਂ ਪੱਟਣ ਵਾਲਾ ਹਿੰਦੁਸਤਾਨ ਵਿੱਚ ਪਹਿਲਾ ਬਾਬਾ ਬੰਦਾ ਸਿੰਘ ਬਹਾਦਰ ਸੀ, ਉਹਦਾ ਜ਼ਿਕਰ ਨਹੀਂ ਕਿਸੇ ਕੀਤਾ। ਮੈਂ ਚਲੋ 4-17 ਵੈਸੇ ਗੜੀ ਬਾਰੇ ਲਿਖਿਆ, ਮੈਂ ਅੱਜ ਨਹੀਂ ਬੇਨਤੀ ਕਰਾਂਗਾ। ਕਵਿਤਾ ਜਿਵੇਂ ਭਾਈ ਸਾਹਿਬ ਨੇ ਕਿਹਾ ਸੱਚ ਏਵੇ, ਮੈਂ ਕੋਈ ਲਿਖਦਾ ਨਹੀਂ, ਪਰ ਗੁਰੂ ਸਾਹਿਬ ਦੀ ਜੁਰੀ ਕਹਿੰਦਾ ਜਿਵੇਂ ਅੱਧੀ ਰਾਤ ਨੂੰ ਆਵਾਜ਼ ਆਉਂਦੀ, ਸ਼ਬਦ ਲਿਖੋ, ਇਹਨੂੰ ਕਿਤੇ ਸੰਤ ਬਾਬੇ ਨਾਲ ਜੋੜ ਕੇ ਨਾ ਰਚ ਕੋਈ ਕਰ ਲਿਓ, ਕਿਉਂਕਿ ਕਵਿਤਾ ਪੂਰਨ ਸਿੰਘ ਕਹਿੰਦਾ ਰੱਬ ਦਾ ਆਪ ਮੁਹਾਰਾ ਪਿਆਰ ਹੁੰਦਾ ਹੈ, ਉਹ ਬਖਸ਼ਿਸ਼ ਹੁੰਦੀ ਹੈ। ਮੈਂ 9 ਜੂਨ ਬਾਹਰ ਸੀ ਐਤਕੀ, ਉਸ ਦਿਨ ਮੈਂ ਇੱਕ ਨਜ਼ਮ ਲਿਖੀ ਸੀ ਭਾਈ ਸਾਹਿਬ ਬਾਬਾ ਜੀ ਉੱਤੇ, ਭਾਵੇਂ ਵਿਸ਼ਾ ਨਹੀਂ ਪਰ ਥੋੜ੍ਹਾ ਜਿਹਦੇ ਨਾਲ ਜੁੜਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜਦ ਤੁਰ ਲੱਗੇ ਤੇ ਸ਼ਬਦ ਵਰਦੇ ਆ, ਬੰਦਾ ਹਾਂ ਤੇਰਾ, ਬੰਦਾ ਹੀ ਰਹਾਂ, ਬੰਦਾ ਤੇਰਾ ਕਹਾਵਾਂਗਾ ਮੈਂ, ਇਹ ਇਹਨਾਂ 4-17 ਸਭ ਕੁਝ ਆ ਜਾਂਦਾ, ਉਹ ਡੋਲਿਆ ਨਹੀਂ। ਬੰਦਾ ਹਾਂ ਤੇਰਾ, ਬੰਦਾ ਹੀ ਰਹਾਂ, ਬੰਦਾ ਤੇਰਾ ਕਹਾਵਾਂਗਾ ਮੈਂ, ਜਿਨ੍ਹਾਂ ਕੰਡਿਆਂ ਉੱਤੇ ਸੁੱਤਾ ਸੀ ਤੂੰ ਦਾਤਾ, ਕੇਸਰੀ ਨਿਸ਼ਾਨ ਉੱਥੇ ਚੁਲਾਵਾਂਗਾ ਮੈਂ। ਬੰਦਾ ਹਾਂ ਤੇਰਾ, ਬੰਦਾ ਹੀ ਰਹਾਂ, ਬੰਦਾ ਤੇਰਾ ਕਹਾਵਾਂਗਾ ਮੈਂ, ਜਿਨ੍ਹਾਂ ਕੰਡਿਆਂ ਉੱਤੇ ਸੁੱਤਾ ਸੀ ਤੂੰ ਦਾਤਾ, ਕੇਸਰੀ ਨਿਸ਼ਾਨ ਉੱਥੇ ਚੁਲਾਵਾਂਗਾ ਮੈਂ, ਜਿਨ੍ਹਾਂ ਨੀਹਾਂ ਵਿੱਚ ਖੜੇ ਸੀ ਪੁੱਤ ਤੇਰੇ, ਸਿੱਕਾ ਤੇਰੇ ਨਾਮ ਦਾ ਉੱਥੇ ਚਲਾਵਾਂਗਾ ਮੈਂ। ਫਿਰ ਸ਼ਬਦ ਸੁਣਿਓ, ਜਿਨ੍ਹਾਂ ਨੀਹਾਂ 'ਚ ਖੜੇ ਸੀ, ਜਿੱਥੇ ਨੀਹਾਂ 'ਚ ਖੜੇ ਸੀ ਪੁੱਤ ਤੇਰੇ, ਕਿਉਂਕਿ ਸਿੱਕਾ ਉੱਥੇ ਚੱਲਿਆ ਨਾ, ਦੇਗੋ ਤੇਗੋ ਵਫਤ ਹੈ, ਜਿਨ੍ਹਾਂ ਨੀਹਾਂ ਵਿੱਚ ਖਲੇ ਸੀ ਪੁੱਤ ਤੇਰੇ, ਸਿੱਕਾ ਤੇਰੇ ਨਾਮ ਦਾ ਉੱਥੇ ਚਲਾਵਾਂਗਾ ਮੈਂ, ਵਕਤ ਆਇਆ ਤੇ ਮੈਨੂੰ ਸਦਕ ਬਖਸ਼ੀ, ਕਾਲਜ ਦਾ ਪੁੱਤ ਦਾ ਮੂੰਹ ਵਿੱਚ ਪਾਵਾਂਗਾ ਮੈਂ, ਬੰਦਾ ਹਾਂ ਤੇਰਾ, ਬੰਦਾ ਹੀ ਰਹਾਂ, ਬੰਦਾ ਤੇਰਾ ਕਹਾਵਾਂਗਾ ਮੈਂ। 4-17 ਚ ਸਮਝਣ ਵਾਲੇ ਸਮਝ ਜਾਣਗੇ। ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਾਬਾ ਜੁਝਾਰ ਸਿੰਘ ਤੁਰਦੇ ਆ, ਫਿਰ ਉਸ ਵਿਸ਼ੇ 'ਤੇ ਆਵਾਂ, ਕੀ ਆਰਬ ਲਾਓ, ਉਹਨਾਂ ਵੀ ਸ਼ਸਤਰ ਸਾਰੇ ਵਰਤੇ, ਉਸ ਭੀੜ ਵਿੱਚੋਂ ਇੱਕ ਆਵਾਜ਼ ਆਈ, ਇਹ ਗੁਰੂ ਗੋਬਿੰਦ ਸਿੰਘ ਦਾ ਛੋਟਾ ਬੇਟਾ ਹੈ, ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਜਿਹਦੇ ਸੀਸ 'ਤੇ ਕਲਗੀ ਝੁਲਦੀ, ਨਾਲ ਦੇ ਸਿੰਘ ਸ਼ਹੀਦ ਹੋਏ। ਅੱਲਾ ਯਾਰ ਖਾਂ ਜੋਗੀ ਕਹਿੰਦਾ, ਲੋਕੋ ਵੇਖੋ, ਗੁਲਾਬ ਦੇ ਸੀਨੇ ਵਿੱਚ ਹੁਣ ਕੰਡੇ ਚੁੱਭਣ ਲੱਗੇ ਜੀ, ਗੁਲਾਬ ਦੇ ਫੁੱਲ ਵਿੱਚ ਕੰਡੇ ਚੁੱਭਣ ਲੱਗੇ। ਪਿਆਰਿਓ, ਉਹੀ ਹਾਲਤ ਹੋਈ, ਬਰਸ਼ੀ ਮਾਰੀ ਸੀਨੇ 'ਚ, ਬਾਬਾ ਜੁਝਾਰ ਸਿੰਘ ਦਾ ਸੀਨਾ ਤੀਰਾਂ ਨਾਲ ਬਿੰਨਿਆ, ਬਰਸ਼ੀ ਮਾਰੀ। ਮੈਂ ਇੱਕ ਵਿਦਵਾਨ ਨੂੰ ਪੜ੍ਹਿਆ, ਉਹ ਕਹਿੰਦਾ ਬਰਸ਼ੀ ਖਿੱਚਣ ਲੱਗੇ, ਸਾਹਿਬਜ਼ਾਦੇ ਦੀਆਂ ਆਂਦਰਾਂ ਬਾਹਰ ਆ ਗਈਆਂ। ਇਸ ਧਰਤੀ 'ਤੇ ਜਿੱਥੇ ਤੁਸੀਂ ਅਸੀਂ ਬੈਠੇ ਹਾਂ, ਸਾਹਿਬਜ਼ਾਦਾ ਦੀ ਸ਼ਹੀਦ ਹੋਏ, ਸੂਰਜ ਢਲ ਰਿਹਾ ਹੈ, ਗੁਰੂ ਗੋਬਿੰਦ ਸਿੰਘ ਦੇ ਚਿਹਰੇ 'ਤੇ ਲਾਲੀ ਸੀ, ਸਾਹਿਬਜ਼ਾਦਾ ਸ਼ਹੀਦ ਹੋਏ ਅਤੇ ਜਕਾਰਾ ਵਜਾਇਓ ਉਹਨੇ, ਅਤੇ ਆਵਾਜ਼ ਦਿੱਤੀ, ਕਹਿਣ ਲੱਗੇ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੂੰ ਸੁੱਖ ਹੋਏ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੂੰ ਸੁੱਖ ਹੋਏ। ਸੂਰਜ ਢਲ ਗਿਆ, ਹਜ਼ੂਰ ਗੜੀ ਦੇ ਵਿੱਚ ਆ ਗਏ। ਥੋੜ੍ਹੀ ਜਿਹੀ ਤੁਸੀਂ ਇਕਾਗਰਤਾ ਹੋਰ ਬਖਸ਼ਿਓ, ਭਾਵੇਂ ਟਾਈਮ ਕਾਫੀ ਹੋ ਗਿਆ, ਪਰ ਸੱਚ ਇਹ ਜੇ ਇਹ ਰਾਤਾਂ ਗੁਰੂ ਗੋਬਿੰਦ ਸਿੰਘ ਤੁਹਾਡੀਆਂ ਨਿਰਾਰਥਕ ਨਹੀਂ ਜਾਣ ਦਏਗਾ। ਅਸੀਂ ਕਹਿੰਦੇ ਸਾਡੇ ਸ਼ਹੀਦ ਸਦੀਵ ਘਰ ਰਹਿੰਦੇ ਆ, ਉਹਨਾਂ ਦਾ ਨਿਵਾਸ ਤਾਂ ਕਰਮ ਖੰਡ ਵਿੱਚ ਹੈ, ਸੱਚ ਖੰਡ ਦੇ ਵਿੱਚ ਰਹਿੰਦੇ ਹੋ। ਕਰਮ ਖੰਡ ਕੀ ਬਾਣੀ, ਜ਼ੋਰ ਤਿੱਥਾ ਹੋਰ ਨਾ ਕੋਈ, ਹੋਰ ਤਿੱਥਾ ਜੋਧ ਮਹਾਂ। ਉਹ ਪਿਆਰਿਓ, ਇਹਨਾਂ ਸੂਰਮਿਆਂ ਦਾ ਨਿਵਾਸ ਕਿਤੇ ਕਿਤੇ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਥੱਲੇ ਉੱਤਰ ਆਏ, ਸਿੱਖਾਂ ਦੇ ਨੇਤਰ ਬੈਰਾਗ 'ਚ ਭਿੱਜੇ ਹੋਣਗੇ। ਹਜ਼ੂਰ ਨੇ ਉੱਥੇ ਸ਼ਬਦ ਵਰਤੇ,
ਮੈਂ ਸੀਤਲ ਸਾਹਿਬ ਦੀਆਂ 17 ਕੋਟ ਕਰਨਾ ਹੁੰਦਾ ਹਰ ਵਾਰੀ ਕਿ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਚੁਟੇਰਾ ਛੋਟੇ ਸਾਹਿਬਜ਼ਾਦਾ ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ ਇਹ ਸੀਤਲ ਸਾਹਿਬ ਦੀਆਂ 17 ਨੇ ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ ਹੋਵਾਂ ਤੇਤੋ ਸੁਰਖਰੂ ਪ੍ਰਣਪਾਲ ਉਚੇਰਾ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇਰਾ ਪਿਆਰਿਓ ਸਾਹਿਬਜ਼ਾਦਾ ਸ਼ਹੀਦ ਹੁੰਦੇ ਆ ਭਾਈ ਸਾਹਿਬ ਉਹਨਾਂ ਕਵਿਤਾ ਪੜ੍ਹੀ ਸੀ ਕਿ ਲਾਲਾਂ ਦੀਆਂ ਲਾਸ਼ਾਂ ਕਿਉਂ ਨਾ ਢੱਕਿਆ ਹੈ ਤਾਂ ਖਿਆਲ ਹੀ ਨਾ ਉਹਨਾਂ ਨੇ ਜੇ ਕੱਚੀ ਬਾਣੀ ਸੱਚੀ ਬਾਣੀ ਦਾ ਜ਼ਿਕਰ ਇੱਥੇ ਚੱਲਿਆ ਕਦੀ ਮੌਕਾ ਆਏਗਾ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਤਸੱਲੀ ਬਿਲਕੁਲ ਕਰਾਵਾਂਗੇ ਸ਼ਬਦ ਦੀ ਰੋਸ਼ਨੀ 'ਚ ਭਾਈ ਸਾਹਿਬ ਜੋ ਕਿਹਾ ਵੇਖੋ ਗੱਲ ਸਮਝਣ ਵਾਲੀ ਹੈ ਜਿਸ ਰਚਨਾ ਨੂੰ ਪੜ੍ਹ ਕੇ ਤੁਹਾਡੇ ਸਾਰੀਆਂ ਅੱਖਾਂ 'ਚ ਪਾਣੀ ਆ ਗਿਆ ਉਹ ਲਫ਼ਜ਼ ਬੜੇ ਸਤਿਕਾਰਯੋਗ ਨੇ ਮੈਂ ਬੋਲਿਆ ਮੈਂ ਸੱਚੀ ਬਾਣੀ ਬੋਲਣਾ ਪਿਆ ਮੈਂ ਵਾਰਤਕ 'ਚ ਬੋਲ ਰਿਹਾ ਉਹ ਕਵਿਤਾ 'ਚ ਬੋਲ ਰਿਹਾ ਹਰੀ ਸ਼ਬਦ ਵਾਹਿਗੁਰੂ ਸ਼ਬਦ ਕੱਚਾ ਹੈ ਜੀ ਪਰ ਗੁਰੂ ਅਮਰਦਾਸ ਕਹਿੰਦਾ ਜਿਹੜਾ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਅੰਦਰ ਮਾਇਆ ਨੇ ਠੱਗ ਲਿਆ ਉਹ ਕੱਚਾ ਕਹਿ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਇਹ ਕਦੀ ਸਮਾਂ ਮਿਲਿਆ ਜ਼ਰੂਰ ਬੇਨਤੀ ਕਰਾਂ ਕੱਚ ਤੇ ਪਾ ਕੇ ਸਤਿਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ ਜਿਹੜਾ ਗੁਰੂ ਦਾ ਸ਼ਰੀਕ ਬਣ ਕੇ ਗੁਰੂ ਦੀ ਨਕਲ ਮਾਰ ਕੇ ਗੁਰੂ ਦਾ ਮੁਕਾਬਲਾ ਕਰਦਾ ਉਹ ਕੱਚਾ ਹੈ ਜਿਹੜਾ ਚਰਨਾਂ 'ਚ ਬਹਿ ਕੇ ਕਵਿਤਾ ਪੜ੍ਹਦਾ ਉਹ ਵੀ ਗੁਰੂ ਦੀ ਸਿਫਤ ਹੈ ਉਹ ਸਿਫਤ ਕਰ ਰਿਹਾ ਹੈ ਯਾਦ ਰੱਖਿਓ ਕਵੀ ਤੇ ਢਾਡੀ ਆਈ ਸੁਰਮਗਤੀ ਤੋਂ ਬਾਅਦ ਨੇ ਛੇਵੇਂ ਗੁਰਦੇਵ ਨੇ ਢਾਡੀ ਲਿਆਂਦੇ ਦਸਵੇਂ ਗੁਰਦੇਵ ਨੇ ਕਵੀ ਲਿਆਂਦੇ ਕਿਉਂਕਿ ਢਾਡੀਆਂ ਦੀ ਸਰੰਗ ਸਰੰਗੀ ਤੇ ਚੱਲਦੀ ਗਜ ਤੇ ਕਵੀਆਂ ਦੇ ਤਰਨਮ ਜਿਹੜੀ ਉਹ ਜੰਮੇ ਖੂਨ ਨੂੰ ਵੀ ਪਗਲਾ ਦਿੰਦੀ ਹੈ ਹਜ਼ੂਰ ਨੇ ਇੱਥੇ ਕਿਉਂ ਨਾ ਲਾਸ਼ਾਂ 'ਤੇ ਪਾਏ ਕੱਪੜੇ ਮੈਂ ਸਮਾਪਤੀ ਕਰਨ ਲੱਗਾ ਪਰ ਅਗਲੀ ਲੜੀ ਇਹੀ ਕੱਲ੍ਹ ਨੂੰ ਮਾਛੀਵਾੜੇ ਆਪਾਂ ਪਹੁੰਚਣਾ ਹੈ ਅਤੇ ਇੱਕ ਬੇਨਤੀ ਕਰਾਂ ਪਿਛਲੇ ਚਾਲ ਚਲੋ ਨਹੀਂ ਪ੍ਰੋਗਰਾਮ ਹੋਏ ਇਹ ਰੱਬ ਦੀ ਭਾਣਾ ਉਹਦੀ ਖੇਡ ਸੀ ਪਰ ਮੈਂ ਆਇਆ ਜ਼ਰੂਰ ਸਾਂ ਇੱਥੇ ਮੈਂ ਮੱਥਾ ਟੇਕ ਰਾਤ ਇੱਕ ਰਾਤ ਆਇਆ ਜ਼ਰੂਰ ਸਾਂ ਚਲੋ ਮੈਂ ਸਟੇਜ 'ਤੇ ਨਹੀਂ ਕਹਿੰਦਾ ਕਹਿਣਾ ਆਇਆ ਸਾਂ ਗੁਰੂ ਗੋਬਿੰਦ ਸਿੰਘ ਅਸੀਂ ਅੱਜ ਬੇਵਾਸੂ ਤੂੰ ਕਿਰਪਾ ਕਰਕੇ ਪੰਥ ਦੀ ਬੌੜੀ ਕਰੀ ਹਾਂ ਜਿੰਨਾ ਇੱਥੇ ਔਰਾ ਕਮਾਲ ਦਾ ਕਤਲਗੜ੍ਹ ਅਤੇ ਗੜੀ ਬਹੁਤ ਕਮਾਲ ਦਾ ਔਰਾ ਜੀ ਅਤੇ ਉਹ ਜਿਹੜਾ ਜੰਡ ਹੈ ਜਿਹੜਾ ਹਜ਼ੂਰ ਦਾ ਅਜੇ ਬਚਿਆ ਸਿੱਖਾਂ ਦੀ ਨਜ਼ਰ 'ਚੋਂ ਵਾਹਿਗੁਰੂ ਕਿਰਪਾ ਕਰੇ ਉਹ ਬਚਿਆ ਰਹੇ ਉਹਨੂੰ ਬੁਰੀ ਨਜ਼ਰ ਨਾ ਕਿਸੇ ਦੀ ਲੱਗੇ ਉਹਨੂੰ ਵੱਢ ਨਾ ਸੱਟੇ ਕੋਈ ਮੇਰੀ ਬੇਨਤੀ ਕਹਿ ਯਾਦ ਰੱਖਿਓ ਜਿਹੜਾ ਧਰਤੀ 'ਚੋਂ ਜੀਵਨ ਲੈ ਰਿਹਾ ਨਾ ਇੱਕ ਜੂਨ ਹੈ ਉਹਦੀ ਕਈ ਜਨਮ ਸ਼ਾਹ ਕਰ ਉਪਾਇਆ ਅਤੇ ਜਿਹੜੇ ਸ਼ਖਾਵਾਂ ਵਾਲੇ ਦੇ ਥੱਲੇ ਮਿੱਤਰ ਪਿਆਰੇ ਨੂੰ ਸੰਦੇਸ਼ ਦਿੱਤਾ ਹੋਵੇਗਾ ਉਸ ਜੰਡ ਉੱਤੇ ਕਿਉਂ ਨਹੀਂ ਮੇਰ ਵਰਸੀ ਹੋਵੇਗੀ ਉਸ ਜੰਡ ਦਾ ਔਰਾ ਬੜੇ ਕਮਾਲ ਦਾ ਉੱਥੇ ਬੈਠਿਆਂ ਅੰਦਰ ਬੜਾ ਟਿਕਿਆ ਇਹਨੂੰ ਮੈਂ ਪੂਜਾ 'ਚ ਨਹੀਂ ਲੈ ਰਿਹਾ ਵੀ ਰੁੱਖਾਂ ਦੀ ਕੋਈ ਕੱਲ੍ਹ ਨੂੰ ਕਹਿੰਦੇ ਰੁੱਖਾਂ ਦੀ ਪੂਜਾ ਉਹ ਗੁਰਮੁਖੋ ਕੱਪੜੇ ਤਾਂ ਬੀਬੀਆਂ ਨੇ ਵੀ ਏਦੋਂ ਕੀਮਤੀ ਪਾਏ ਹੋਏ ਨੇ ਜਿਹੜਾ ਰੁਮਾਲਾ ਲਾਇਆ ਸੂਟ ਸਾਹਿਬ ਚੁੰਨੀ ਸਾਹਿਬ ਕਿਸੇ ਦੀ ਨਹੀਂ ਜੇ ਆਹ ਹੀ ਰੁਮਾਲਾ ਸਾਹਿਬ ਜੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਲੱਗਾ ਹੋਇਆ ਅਸੀਂ ਕਹਿੰਦੇ ਹਾਂ ਕੱਪੜਿਆਂ ਦੇ ਪੁਜਾਰੀ ਗੁਰੂ ਨਾਲ ਜੋੜ ਕੇ ਚੀਜ਼ ਦੇਖੋਗੇ ਤੇ ਸਾਹਿਬ ਬਣੇਗੀ ਗੁਰੂ ਨੂੰ ਵੱਖ ਕਰਕੇ ਗੱਲ ਕਰੋਗੇ ਤੇ ਡੰਮੀ ਬਣੇਗੀ ਪਖੰਡੀ ਬਣੇਗੀ ਜੋੜਨਾ ਸੀ ਕਿਹਦੇ ਨਾਲ ਹਜ਼ੂਰ ਤੁਰਨ ਲੱਗਦੇ ਆ ਉੱਥੇ ਵੀ ਭਾਈ ਸਾਹਿਬ ਜਦੋਂ ਗਾ ਕੇ ਗਏ ਕਿ ਚਮਕੌਰ ਗੜੀ ਦੀਆਂ ਗੰਦਾਂ ਇਹੀ ਸੀ ਨਾ ਧਾਹਾਂ ਮਾਰਦੀਆਂ ਮੈਂ ਥੋੜ੍ਹਾ ਜਿਹਾ ਉਲਟ ਖਿਆਲ ਰੱਖਾਂਗਾ ਪਰ ਉਹ ਉਸ ਦੀ ਕਿਉਂ ਨਹੀਂ ਉਹਨਾਂ ਨੇ ਟੱਕਿਆ ਤੁਰਨ ਲੱਗਿਆਂ ਕਹਿਣ ਲੱਗੇ ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ ਸਾਂਭੀ ਮੇਰੇ ਬੱਚਿਆਂ ਨੂੰ ਕਿਉਂ ਨਹੀਂ ਮੈਂ ਖੱਫਣ ਪਾਇਆ
ਮੈਂ ਕਵਿਤਾ ਰਹੀ ਉਹਦਾ ਜਵਾਬ ਹੈ ਉਹਨਾਂ ਦੇ ਬਹੁਤ ਕਮਾਲ ਦਾ ਸੀ ਜੀ। ਧਾਹਾਂ ਮਾਰਦੀਆਂ, ਗੁਰੂ ਦੇਵ ਧਾਹਾਂ ਮਾਰਦੀ ਗੜੀ ਨੂੰ ਕਹਿ ਰਹੇ ਨੇ, ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ, ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ, ਮੈਂ ਸਿੱਖ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ ਕੋਲ ਅਜੀਤ ਜੁਝਾਰ ਬਿਠਾ ਚੱਲਿਆ, ਮੈਂ ਆਪਣੇ ਪੁੱਤਰਾਂ ਨੂੰ ਇਸ ਥਾਂ 'ਤੇ ਬਿਠਾ ਕੇ ਚੱਲਿਆ ਮੈਂ। ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੀ ਲਾਸਾਨੀ ਕੁਰਬਾਨੀ ਹੈ, ਜਿਹਦੀ ਕੋਈ ਸਿਫਤ ਨਹੀਂ ਕਰ ਸਕਦਾ, ਅੱਜ ਅਸੀਂ ਇਸ ਵਰੇ ਦੇ ਪਹਿਲੇ ਦੀਵਾਨ 'ਚ ਚਮਕੌਰ ਸਾਹਿਬ ਨਤਮਸਤਕ ਹੋਏ ਹਾਂ। ਗੁਰਮੁਖੋ, ਤੁਸੀਂ ਚਮਕੌਰ ਸਾਹਿਬ ਦੇ ਵਸਨੀਕ, ਪ੍ਰਬੰਧਕ ਵੀਰ, ਪ੍ਰਚਾਰਕ, ਕੀਰਤਨੀਏ, ਸਾਰਾ ਮੈਨੂੰ ਬਸ ਇਹ ਅਸੀਸ ਬਖਸ਼ਿਓ, ਸਤਿਗੁਰੂ ਹਰ ਸਾਲ ਆਪਣੇ ਚਰਨਾਂ ਦੀ ਖਾਕ ਬਖਸ਼ੀ। ਦੂਸਰੀ ਬੇਨਤੀ, ਸੰਗਤ ਬਹੁਤ ਦੂਰੋਂ ਦੂਰੋਂ ਆਈ, ਸਹਾਰਨਪੁਰ ਤੋਂ ਸਿੰਘ ਬੱਸਾਂ ਲੈ ਕੇ, ਯੂਪੀ ਤੋਂ, ਲੁਧਿਆਣੇ ਤੋਂ, ਚੰਡੀਗੜ੍ਹ ਤੋਂ, ਮੋਹਾਲੀ ਤੋਂ, ਪਤਾ ਨਹੀਂ ਕਿੰਨਿਆਂ ਕੁਝ, ਤੇ ਮੈਂ ਨਾਮ ਹੀ ਜਾਣ ਸਕਦਾ ਹੋਣਾ, ਫਿਰੋਜ਼ਪੁਰ ਤੋਂ। ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਕਾਫਲੇ ਨਾਲ ਹੋਰ ਤੁਰੀਏ। ਕੱਲ੍ਹ ਨੂੰ ਆਪਾਂ ਮਾਛੀਵਾੜੇ ਪਹੁੰਚਣਾ, ਉਹ ਥਾਂ ਜਿੱਥੇ ਖਾਲ ਮੁਰੀਦਾਂ ਦਾ ਕਹਿਣਾ ਹੈ। ਸਤਿਗੁਰੂ ਕਿਰਪਾ ਕਰੇ, 7 ਵਜੇ ਦੀਵਾਨ ਸ਼ੁਰੂ ਹੋਵੇਗਾ, ਕਿਰਪਾ ਕਰਿਓ ਆਪਾਂ ਸਾਰੇ ਵਕਤ ਸਿਰ ਪਹੁੰਚਣ ਦੀ ਯਤਨ ਕਰੀਏ। ਕੱਲ੍ਹ ਨੂੰ ਭਾਈ ਕਿਹੜੇ ਕੀਰਤਨੀ ਸਿੰਘ ਨੇ, ਭਾਈ ਸਤਿੰਦਰ ਵੀਰ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ, ਤੁਸੀਂ ਸਾਰੇ ਕਿਰਪਾ ਕਰਿਓ, ਆਇਓ ਸਮੇਂ ਸਿਰ। ਦੂਸਰੀ ਬੇਨਤੀ ਇਹ ਵੇ ਕਿ ਜਿਹੜੀ ਸੰਗਤ ਇੱਥੇ ਆਈ ਹੈ, ਪ੍ਰਸ਼ਾਦ ਪਾਣੀ ਲੰਗਰ ਤਿਆਰ ਹੈ, ਉਹ ਛੱਕ ਕੇ ਵਿਸ਼ਰਾਮ ਕਰਨ ਜਾਏ। ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।